ਫਿਰ ਆ ਕਿੰਨੇ ਕਿਦਾ ਹੋਊਗਾ? ਇਹ 50 ਰੁਪਏ ਦਾ ਪਲਾਂਟ ਆ ਜੀ, ਅਮਰੂਦ ਦਾ ਹਨਾ? ਹਾਂਜੀ ਹਾਂਜੀ। ਲੱਪੀ ਆਹ ਫਲ ਕਿੰਨੇ ਚਿਰ ਬਾਅਦ ਲੱਗਿਆ ਹੁੰਦਾ ਇਹਨੂੰ? ਫਲ 6 ਮਹੀਨੇ ਬਾਅਦ ਆ ਜਾਂਦਾ ਜੀ। 6 ਮਹੀਨੇ ਬਾਅਦ ਉਹ ਫਲ ਆ ਜਾਣਾ। ਇਹਦਾ ਮਤਲਬ ਸਾਈਜ਼ ਅਮਰੂਦ ਦਾ 700 ਗ੍ਰਾਮ ਦਾ ਹੋਊਗਾ ਜੀ। 700 ਗ੍ਰਾਮ ਦੇ ਲਾ ਲਓ ਸਾਬ, ਇੱਕ ਕਿਲੋ ਦੇ ਨੇੜੇ ਪਹੁੰਚ ਗਿਆ ਭਾਈ। ਹਾਂਜੀ ਹਾਂ, ਕਿਲੋ ਤਾਂ ਹੀ ਇਹਦਾ ਨਾਮ 1 ਕੇਜੀ ਰੱਖਿਆ ਹੋਇਆ ਜੀ। 1 ਕੇਜੀ ਬੂਟਾ ਕਹਿੰਦੇ ਆ। ਹਾਂਜੀ 1 ਕੇਜੀ। ਦਰਸ਼ਕੋ ਲੈ ਰੂ ਹਿਸਾਬ ਲਾ ਲਓ ਵੀ ਕਿਲੋ ਕਿਲੋ ਦੇ ਨੇੜ ਦਾ ਫਲ ਲੱਗਦਾ ਵਾ, 1 ਕੇਜੀ ਬੂਟਾ ਕਹਿੰਦੇ ਆ ਇਹਨੂੰ। 1 ਕਿਲੋ ਭਰਾ ਇਹ ਸੀਤਾ ਫਲ ਆ ਜੀ। ਸੀਤਾ ਫਲ ਸੀ, ਜਦੋਂ ਸੀਤਾ ਫਲ ਦੀ ਗੱਲ ਆਉਂਦੀ ਆ ਤਾਂ ਚੀਕੂ ਵੀ ਨਾਲ ਆਊਗਾ ਹੀ ਆਊਗਾ, ਤੁਹਾਨੂੰ ਮੈਂ ਦੱਸ ਦਿੰਦਾ ਗੱਲ। ਨਾਲ ਹੀ ਰੱਖਿਆ ਹੋਇਆ ਆ ਉਹ ਵੀ ਨਾਲ ਹੀ ਰੱਖਿਆ। ਇਹ ਕਿੰਨੇ ਕਿਦਾ ਹੋ ਸੀਤਾ ਫਲ? ਇਹ 100 ਰੁਪਏ ਦਾ ਪਲਾਂਟ ਆ ਜੀ। ਆ ਸੀਤਾ ਫਲ ਦਰਸ਼ਕੋ 100 ਰੁਪਏ ਦਾ, ਸਮਝ ਲਓ ਕਿ ਅੱਧਾ ਸਰਕਾਰ 'ਚ ਹਿੱਸਾ ਪੈ ਜਾਣਾ ਤੁਹਾਡਾ। ਇਹ ਆਂਧਰਾ ਦੀ ਵੈਰਾਈਟੀ ਆ ਜੀ। ਇਹ ਆਂਧਰਾ ਪ੍ਰਦੇਸ਼ ਦੀ ਵੈਰਾਈਟੀ ਆ ਤੇ ਆਹ ਇਹ ਮਾਰ ਬੀਤੀ ਜੀ, ਇਹ ਤਕੋਣ ਨੇ ਜੀ, ਇਹ ਵੈਸੇ ਹੀ ਤਾਂ ਡੈਕੋਰੇਟਰ ਨਾ ਹਨਾ। ਤੇ ਸੀਤਾ ਫਲ ਕਿੱਥੇ ਆ? ਚੀਕੂ ਕਿੱਥੇ ਆ? ਆ ਚੀਕੂ ਨੇ ਸਾਰੇ ਜੀ। ਆ ਚੀਕੂ ਪਿਆ ਦਰਸ਼ਕੋ ਲੈ। ਆ ਭਾਈ ਫਲ ਲੱਗਦਾ ਵੀ ਹੁੰਦਾ ਇਹਨਾਂ ਨੂੰ? ਹਾਂਜੀ ਹਾਂਜੀ ਹਾਂ। ਆ ਗੋਪੀ ਵੀਰ ਦਿਖਾ ਦੀ ਨੇੜੇ ਕਰਕੇ। ਸਾਰੇ ਗ੍ਰਾਫਟਡ ਪਲਾਂਟ ਨੇ ਜੀ। ਗ੍ਰਾਫਟਡ ਤੇ ਗ੍ਰਾਫਟਡ ਮਤਲਬ ਵੀ ਇਹ ਛੇਤੀ ਹੋਣਗੇ? ਛੇਤੀ ਹਾਂਜੀ, ਹਰ ਇੱਕ ਦਾ ਰਿਜ਼ਲਟ ਜੀ 6 ਮਹੀਨੇ ਬਾਅਦ ਤੁਹਾਨੂੰ ਪੱਕਾ ਮਿਲ ਜਾਣਾ ਜੀ। ਹਾਂ ਗ੍ਰਾਫਟਡ ਦਾ ਮਈਆ ਭਾਈ ਜੀ, ਮੈਂ ਕਹਿੰਦਾ ਹਿਸਾਬ ਕਿਤਾਬ ਹੀ ਨਹੀਂ, ਬ੍ਰੈਡ ਦੀ ਵਾਲੀ ਰੱਖੀ ਬੈਠੇ ਹੋ। ਇਹ ਸਭ ਤੋਂ ਵੱਡੀ ਨਰਸਰੀ ਆਪਣੀ ਪੰਜਾਬ ਦੀ ਕਹਿ ਲਗੇ। ਹਾਂ ਪੰਜਾਬ ਮਤਲਬ 8 ਏਕੜ ਦੇ ਵਿੱਚ ਜੀ, ਮੈਂ ਤਾਂ ਨਹੀਂ ਹੋਰ ਕਿਤੇ। 8 ਏਕੜ ਦੇ ਵਿੱਚ ਇਹ ਹਿਸਾਬ ਕਿਤਾਬ ਦਰਸ਼ਕੋ ਤੁਸੀਂ ਆਪੇ ਲਾ ਲਿਓ। ਆਹ ਇਹ ਐਵਾਕਾਡੋ ਆ ਗਿਆ ਜੀ। ਇਹ ਤਾਂ ਯਾਰ ਮਹਿੰਗਾ ਹੀ ਬਹੁਤ ਆ ਬਈ ਫਲ ਇਹਦਾ। ਬਹੁਤ ਮਹਿੰਗਾ ਫਲ ਆ ਜੀ। ਆ ਐਵਾਕਾਡੋ ਜਿਹੜਾ ਫਲ ਆ ਹਰਾ ਭਰਿਆ ਲੱਭ ਬਈ, ਮੈਨੂੰ ਲੱਗਦਾ ਇਹ ਹੁਣ ਹੀ ਲੱਗ ਗਿਆ ਤਾਂ ਸਹੀਗਾ। ਹਾਂਜੀ ਹਾਂ, ਹੁਣ ਮੌਸਮ ਬਹੁਤ ਵਧੀਆ ਜੀ। ਕਿੰਨੇ ਕਿਦਾ ਹੋ ਵੀਰੇ ਇਹ? ਇਹ 200 ਰੁਪਏ ਦਾ ਪਲਾਂਟ ਆ ਜੀ ਸਾਰਾ ਹੀ। ਇਹ ਕੀ ਹਿਸਾਬ ਕਿਤਾਬ ਹੁੰਦਾ? ਇਹ ਆਪਾਂ ਦਿੰਦੇ ਜੀ 25 ਰੁਪਏ ਫੁੱਟ ਜੀ। ਇਹ ਗਰਾਊਂਡਾਂ 'ਚ ਚੱਲਦਾ? ਇਹ ਚੱਲ ਜੂਗਾ ਜੀ, ਗਰਾਊਂਡ 'ਚ ਵੀ ਚੱਲ ਜੂਗਾ, ਪਰ ਇਹ ਥੋੜੀ ਜਿਹੀ ਦਿੱਕਤ ਆਉਂਦੀ ਹੈ। ਵੈਸੇ ਘਰਾਂ ਵਾਲਾ ਹੀ ਹੈ ਜ਼ਿਆਦਾਤਰ, ਗਰਾਊਂਡ ਘਰਾਂ ਵਾਲਾ ਹੀ ਆ। ਸਿਲੈਕਸ਼ਨ ਨੰਬਰ 1 ਹੁੰਦਾ ਜੀ। ਜੀ ਜੀ, ਕਿਉਂਕਿ ਉਹਦੇ ਵਿੱਚ ਕੋਈ ਮਲੇਸ਼ੀਅਨ ਟ੍ਰੀ ਆ, ਇਹ ਬਹੁਤ ਡੈਕੋਰੇਸ਼ਨ ਵਜੋਂ ਬਾਈ ਜੀ ਚਾਹੀਦਾ। ਹਾਂਜੀ ਹਾਂਜੀ, ਠੀਕ ਆ ਇਹ। ਹਾਂਜੀ, ਬਹੁਤ ਸੋਹਣਾ ਪਲਾਂਟ ਹੈ, ਬਹੁਤ ਜਲਦੀ ਗਰੋਥ ਹੁੰਦੀ ਹੈ ਜੀ। ਜੀ, ਨਾਮ ਟਰਮੀ ਨੇਲੀਆ ਜੀ। ਟਰਮੀ ਨੇਲੀਆ ਜੀ? ਟਰਮੀ ਨੇਲੀਆ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਬਰਨਾਲੇ ਜ਼ਿਲ੍ਹੇ ਦੇ ਵਿੱਚ ਆ, ਬਰਨਾਲੇ ਵੜਦਿਆਂ ਨੂੰ ਪੁਲ ਪੈਂਦਾ ਤੇ ਪੁਲ ਦੇ ਨਾਲ ਪੈਂਦੀ ਹੈ ਨਰਸਰੀ ਹਰਵਾਸ ਨਰਸਰੀ, ਮਤਲਬ ਕੁਦਰਤ ਦਾ ਵਾਸਾ। ਇੱਥੇ ਤੁਹਾਨੂੰ ਮੈਂ ਦੱਸਦੀ ਹਾਂ, ਜਦੋਂ ਤੁਸੀਂ ਬੱਦਣੀ ਜਾਂ ਮੁੱਗ ਵਾਲੇ ਪਾਸੇ ਆਓਗੇ ਤਾਂ ਬਰਨਾਲੇ ਵਾਲਾ ਪੁਲ ਨਹੀਂ ਚੜ੍ਹਨਾ, ਜੇ ਪਰਲੇ ਪਾਸਿਓਂ ਆਓਗੇ ਤਾਂ ਪੁਲ ਉੱਤਰ ਕੇ ਨਾਲ ਹੀ ਨਰਸਰੀ ਆਣੀ ਆ, ਹਰਵਾਸ ਨਰਸਰੀ, ਜਿੱਥੇ ਫਲਾਂ ਵਾਲੇ ਬੂਟੇ ਕੀ ਦੂਜੇ ਬੂਟੇ ਕੀ ਕਮਰੇ ਦੇ ਅੰਦਰ ਰੱਖਣ ਵਾਲੇ, ਕਮਰਿਆਂ ਦੇ ਬਾਹਰ ਰੱਖਣ ਵਾਲੇ, ਬਹੁਤ ਵਧੀਆ ਕਿਸਮ ਦੇ ਘਾਹ ਵੀ ਮਿਲ ਜਾਣਗੇ ਗਰਾਊਂਡਾਂ 'ਚ ਲਾਉਣ ਵਾਸਤੇ, ਪਾਮ ਦੇ ਦਰਖਤ ਕੀ ਹੋਰ ਕਈ ਕੁਛ ਤੁਹਾਨੂੰ ਵਰਾਇਟੀਆਂ ਮਿਲ ਜਾਣਗੀਆਂ। ਸਭ ਤੋਂ ਵੱਡੀ ਨਰਸਰੀ ਆ, ਕਿਹਾ ਜਾਂਦਾ ਵੀ 8-9 ਕਿੱਲਿਆਂ ਦੇ ਵਿੱਚ ਬਣੀ ਹੋਈ ਆ, ਵੱਡੀ ਨਰਸਰੀ ਮੰਨੀ ਗਈ ਆ। ਆ ਜਾਓ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ, ਨਾਲੇ ਸਾਰੀ ਜਾਣਕਾਰੀ ਦਿੰਦੇ ਹਾਂ, ਨਾਲੇ ਰੁੱਤ ਜਮ੍ਹਾਂ ਸਹੀ ਆ ਬੂਟੇ ਲਾਉਣ ਦੇ ਲਈ। ਆਹ ਮਾੜੀ ਜਿਹੀ ਝਾਤ ਪਵਾਉਂਦੇ ਆ ਉਹ ਬਈ, ਆਹ ਫੁੱਲ ਫੁੱਲ ਵੱਖਰੀ ਕਿਸਮ ਦੇ ਸੋਹਣੇ ਸੋਹਣੇ ਲਾਏ ਹੋਏ ਆ, ਦੇਖੋ ਜਾਮਣੀ ਰੰਗ ਦੇ। ਅਤੇ ਆ ਜਾਓ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ, ਨਾਲੇ ਹੋਰ ਜਾਣਕਾਰੀ ਦਿੰਦੇ ਹਾਂ। ਦਰਸ਼ਕੋ, ਸਰਦਾਰ ਹਰਜਿੰਦਰ ਸਿੰਘ ਜੀ ਆਪਣੇ ਨਾਲ ਨੇ ਬਾਈ ਜੀ, ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਜੀ, ਬਹੁਤ ਵਧੀਆ ਹਰਪੇ ਜੀ, ਠੀਕ ਠਾਕ ਹੋ ਜੀ? ਬਹੁਤ ਬਹੁਤ। ਅਤੇ ਇੱਕ ਆ ਜਾਓ, ਸਾਡੀ ਤੁਹਾਡੀ ਨਰਸਰੀ ਦੇਖੀਏ ਆਪਾਂ ਪਹਿਲਾਂ ਗੱਲ ਆਉਂ, ਵੀ ਆਹ ਕੰਮ ਤਾਂ ਆਮ ਜ਼ਿਮੀਂਦਾਰ ਪਹਿਲਾਂ ਕਰਦੇ ਨਹੀਂ ਸੀ ਹੁੰਦੇ, ਅਤੇ ਇੱਧਰਲੇ ਪਾਸੇ ਕਿਵੇਂ ਆ ਗਏ? ਬਸ ਜੀ ਸਵਾਬੀ ਕਹਿ ਲਓ, ਮੈਂ ਪਹਿਲਾਂ ਮਧੂਮੱਖੀ ਪਾਲਕ ਸੀਗਾ ਜੀ, ਉਹ ਧੰਦਾ ਥੋੜ੍ਹਾ ਜਿਹਾ ਡਾਊਨ ਚਲਾ ਗਿਆ ਜੀ, ਅਤੇ ਫਿਰ ਸੋਚਿਆ ਵੀ ਇੱਕ ਖੇਤੀਬਾੜੀ ਨਾਲ ਸੰਬੰਧਿਤ ਕੋਈ ਅਪਣਾਇਆ ਜਾਵੇ। ਬਿਲਕੁਲ, ਅਜੋ ਤੁਰਦੇ ਉਹਨੇ ਨਾਲ ਦੀ ਨਾਲ ਦੇਖਿਆ। ਅਤੇ ਕਿੰਨੇ ਸਾਲ ਹੋ ਗਏ ਨਰਸਰੀ ਨੂੰ ਆਪਣੀ ਨੂੰ? ਇਹ 7-7-2015 'ਚ ਸ਼ੁਰੂ ਕੀਤੀ ਸੀ। 15 'ਚ 8 ਸਾਲ ਹੋ ਗਏ। ਸਾਲ ਹੋ ਗਏ। ਅਤੇ ਇਹ ਹੋ ਗਏ ਬੂਟੇ ਆਪਣੇ ਇਨਡੋਰ, ਹੈ ਨਾ ਬਾਈ ਜੀ? ਜੀ ਜੀ, ਇਨਡੋਰ ਵਾਲੇ ਸਰਕੂਲੈਂਟ ਦੀ ਵਰਾਇਟੀ, ਮਤਲਬ ਘੱਟ ਪਾਣੀ, ਘੱਟ ਪਾਣੀ ਪਾਉਣਾ ਇਹਨੂੰ, ਅਤੇ ਆਫਿਸ 'ਚ ਰੱਖ ਲੈਣੇ ਦਰਸ਼ਕੋ, ਅੰਦਰ ਵੀ ਤੁਸੀਂ ਨਾ ਜੇ ਟੀਵੀ ਕੋਲ ਰੱਖਣੇ ਆ ਕਿਤੇ ਰੱਖਣੇ ਆ, ਇਹੋ ਜਿਹੇ ਬੂਟੇ ਰੱਖ ਸਕਦੇ ਹੋ। ਵਰਾਇਟੀ ਇਹਨਾਂ ਕੋਲ ਬਹੁਤ ਜ਼ਿਆਦਾ ਪਈ ਆ ਬਾਈ ਜੀ, ਮੈਂ ਕਹਿੰਦਾ ਹਿਸਾਬ ਕਿਤਾਬ ਹੀ ਨਹੀਂ, ਬਰੈਡ ਦੀ ਵਾਲੀ ਰੱਖੀ ਬੈਠੇ ਹੋ। ਇਹ ਸਭ ਤੋਂ ਵੱਡੀ ਨਰਸਰੀ ਆਪਣੀ ਪੰਜਾਬ ਦੀ ਕਹਿ ਲਗੇ। ਹਾਂ ਪੰਜਾਬ, ਮਤਲਬ 8 ਏਕੜ ਦੇ ਵਿੱਚ ਜੀ, ਮੈਂ ਤਾਂ ਨਹੀਂ ਹੋਰ ਕਿਤੇ। 8 ਏਕੜ ਦੇ ਵਿੱਚ ਇਹ ਹਿਸਾਬ ਕਿਤਾਬ ਦਰਸ਼ਕੋ ਤੁਸੀਂ ਆਪੇ ਲਾ ਲਿਓ। ਆ ਕੈਕਟਸ ਵਾਲਾ ਨਸਲ ਆ ਗਈ ਹੈ ਨਾ ਬਾਈ ਜੀ? ਹਾਂਜੀ, ਇਹ ਸਾਰੇ ਇਹ ਬੜਾ ਸੋਹਣਾ ਫੁੱਲ ਵੀ ਆਉਂਦਾ। ਇਹ ਕਿੰਨੇ ਕਿਦਾ ਹੋਊਗਾ ਭਲਾ ਇਹ? ਇਹ ਤਕਰੀਬਨ 60-70 ਰੁਪਏ ਦੇ ਰੇਟ। 60-70 ਰੁਪਈਏ ਦਾ? ਅਤੇ ਦੂਜਾ ਬਾਈ ਜੀ ਰੇਟ ਕਹਿੰਦੇ ਵਾਜਬ ਹੁੰਦਾ ਤੁਹਾਡਾ? ਹਾਂਜੀ, ਰੇਟ ਵਾਜਬ। ਅਤੇ ਜੇ ਇੱਕ ਪਿੰਡ ਦੀਆਂ ਪੰਚਾਇਤਾਂ ਵਾਸਤੇ ਜਾਂ ਸਾਂਝੇ ਥਾਂ 'ਤੇ ਲਾਉਣ ਵਾਸਤੇ ਵੀ ਕਹਿੰਦੇ ਰਹਿਤ? ਕੋਈ ਵੀ ਕਲੱਬ ਹੈ ਜੀ, ਪੰਚਾਇਤਾਂ ਨੇ ਜੀ, ਜਾਂ ਹੋਰ ਵੀ ਕੋਈ ਸੰਸਥਾਵਾਂ ਹੈਗੀਆਂ, ਉਹਨਾਂ ਨੂੰ ਆਪਾਂ ਮਤਲਬ ਨੋ ਪ੍ਰੋਫਿਟ ਨੋ ਲੋਸ 'ਤੇ ਹੀ ਦੇਖਦੇ, ਕਿਉਂਕਿ ਉਹ ਵੀ ਚਲੋ ਭਲਾ ਕਰ ਰਹੇ ਆ ਜੀ। ਜੀ ਜੀ ਜੀ, ਸੇਵਾ ਕਰਦੇ ਆ, ਫਿਰ ਸਾਡਾ ਵੀ ਹਿੱਸਾ ਪੈ ਜਾਂਦਾ ਜੀ। ਜੀ, ਅਤੇ ਆਹ ਦਾਣੇ ਜੇ ਕੀ ਆ? ਬਸ ਇਹਦੀਆਂ ਵਰਾਇਟੀਆਂ ਹੀ ਆ ਜੀ, ਅਲੱਗ ਅਲੱਗ ਬਸ ਇਹ ਇੱਦਾਂ ਹੀ ਵਧੀ ਜਾਂਦੇ। ਲੈ ਦਰਸ਼ਕੋ, ਇਨਡੋਰ ਵਾਲਿਆਂ ਦੀ ਵਰਾਇਟੀ ਬਹੁਤ ਹੈ। ਇਹ ਊਂ ਚੀਮਾ ਪਿੰਡ ਪੈਂਦਾ ਨਾ, ਮੋਨ ਰੋਡ ਹੀ ਆ ਜਾਂਦੇ ਆਪਾਂ। ਇਹ ਚੀਮਾ ਜੋਧਪੁਰ ਚੀਮਾ ਜੀ, ਜੋਧਪੁਰ ਚੀਮਾ। ਅਤੇ ਆਹ ਦਾਗੋ ਪੀਪਰ ਦਿਖਾਉਂਦੇ ਤੁਰੇ ਉਹ ਥੱਲੇ ਥੱਲੇ ਆਪਾਂ ਵਰਾਇਟੀ ਦਿਖਾਈ ਜਾਈਏ, ਵੀ ਇਹੋ ਜਿਹੀਆਂ ਚੀਜ਼ਾਂ ਪਈਆਂ ਇਹਨਾਂ ਕੋਲ, ਪੋਰਟ ਵੀ ਪਏ।
ਤੇ ਰੁੱਤ ਆਹੀ ਸਹੀ ਹੈ ਲਾਉਣ ਵਾਲੀ ਹਾਂਜੀ ਇਹਦੇ ਥੱਲੇ ਆ ਗਿਰ ਕੇ ਜੀ ਆਪਣੇ ਆਪ ਹੀ ਇਹ ਅੱਛਾ ਆਪਦੇ ਆਪ ਹੀ ਵਧੀ ਜਾਣਾ ਹਾਂਜੀ ਇੱਕ ਵਾਰੀ ਚੱਲ ਪਿਆ ਕੰਮ ਤਾਂ ਫਿਰ ਚੱਲ ਪਿਆ ਇਹ ਉਹਦੇ ਵਿੱਚੋਂ ਹੀ ਪੱਤੇ ਗਿਰ ਕੇ ਆਪਣੇ ਆਪ ਹੀ ਸਹੀ ਹੈ ਗੱਲਬਾਤ ਬਈ ਇੱਧਰ ਵਰਾਇਟੀ ਮਗਰਲੇ ਪਾਸੇ ਵੀ ਆ ਇੱਧਰ ਸਾਰਾ ਭਰਿਆ ਪਿਆ ਵਾ ਟੈਂਟ ਤਪੜਾ ਬਹੁਤ ਲਾ ਕੇ ਇਹਨਾਂ ਦੇ ਛਾਂ ਪੂਰਾ ਪ੍ਰਬੰਧ ਕੀਤਾ ਹੋਇਆ ਆਜੋ ਇੱਧਰਲੇ ਪਾਸੇ ਦੀ ਵੀ ਦਿਖਾ ਦਈਏ ਤੁਹਾਨੂੰ ਆਹ ਦਰਖਤ ਯਾਰ ਮੈਨੂੰ ਬੜੇ ਘੈਂਟ ਲੱਗਦੇ ਹੁੰਦੇ ਆ ਬੋਰਡ ਵਰਗੇ ਸਮਝ ਲਓ ਕਿ ਘਰੇ ਬੋਰਡ ਹੀ ਲਾ ਲੈਣਾ ਜਿਵੇਂ ਹੈ ਨਾ ਬਾਈ ਜੀ ਇਹ ਬਾਉਂਜਾਈ ਹੈ ਜੀ ਇਹ ਬਾਹਰੋਂ ਐਕਸਪੋਰਟ ਆਉਂਦਾ ਜੀ ਬਾਹਰੋਂ ਆਉਂਦੇ ਆ ਕੀ ਨਾਂ ਕੀ ਹੈ ਵੀਰੇ ਇਹਦਾ ਬਾਉਂਜਾ ਤੇ ਇਹ ਕਿੰਨੇ ਕੁ ਦਾ ਹੁੰਦਾ ਭਲਾ ਇਹ ਬੋਰਡ ਸਮੇਤ 1000 ਕੁ ਰੁਪਈਏ ਦਾ ਪਰ ਗੱਲ ਇਹ ਵੀ ਜਿੱਥੇ ਲੱਗ ਗਿਆ ਇਹ ਸੁੱਕਦਾ ਸੁੱਕਦਾ ਨਹੀਂ ਨਹੀਂ ਉਮਰ ਤਕਰੀਬਨ ਮਤਲਬ ਹੈਗੀ 5-7 ਸਾਲ ਦਾ ਇਹ 5-7 ਸਾਲਾਂ ਦਾ ਹਾਂਜੀ 5-7 ਸਾਲਾਂ ਦਾ ਦਰਸ਼ਕੋ ਇਹ ਬੂਟੇ ਦੇਖੋ ਲੈ ਇਹ ਬਹੁਤ ਪਿਆਰੇ ਆ ਇਹ ਆਕਾਰ ਦੇ ਹਿਸਾਬ ਨਾਲ ਵੀ ਇਹਨਾਂ ਦਾ ਰੇਟ ਵੱਖਰਾ ਹੋਊਗਾ ਇੰਚਾਂ ਦੇ ਹਿਸਾਬ ਨਾਲ ਮੰਨੋ ਇਹ ਕਹਿ ਲਓ ਕਿ ਸੋਧਿਆ ਹੋਇਆ ਨਹੀਂ ਕਿਹਾ ਜਾ ਬਣਾਉਣਾ ਬਹੁਤ ਵੱਡਾ ਕੰਮ ਆ ਆਜੋ ਇੱਧਰਲੇ ਪਾਸੇ ਚੱਲ ਗਏ ਆਪਾਂ ਫਲਾਂ ਵਾਲੇ ਬੂਟੇ ਵੀ ਦੇਖਾਂਗੇ ਫੁੱਲਾਂ ਵਾਲੇ ਕੀ ਸਦਾਬਹਾਰ ਕੀ ਰੁੱਤ ਆ ਸਹੀ ਆ ਇਹ ਸਹੀ ਰੁੱਤ 'ਚ ਆਏ ਹਾਂ ਅਸੀਂ ਵੀ ਮੀਂਹ ਤੋਂ ਡਰਦੇ ਡਰਦੇ ਟਾਈਮ ਨਾਲ ਲੱਗੇ ਪਏ ਹਾਂ ਵੀਡੀਓ ਬਣਾਉਣ ਆਹ ਮਾਰਿਓ ਨਿਗਾਹ ਇੱਧਰਲੇ ਪਾਸੇ ਬੂਟੇ ਬਾਟੇ ਬਹੁਤ ਪਏ ਆ ਲੈ ਆ ਥੋੜ੍ਹੇ ਜਿਹੇ ਵਿੱਚ ਪਾਣੀ ਪੂਣੀ ਨਾਲ ਮਧੋਲੇ ਪਏ ਆ ਵਰਖਾ ਵੱਧ ਹੋਈ ਲੱਗਦੀ ਆ ਆਹ ਦਿਖਾ ਦਿਓ ਇੱਧਰਲੇ ਪਾਸੇ ਆ ਸਾਰੇ ਇਹ ਜਿਹੇ ਬੂਟੇ ਤੁਹਾਨੂੰ ਮਿਲ ਜਾਣਗੇ ਗਮਲੇ ਵੀ ਤੁਹਾਡੇ ਬਹੁਤ ਘੈਂਟ ਘੈਂਟ ਰੱਖੇ ਆ ਇਹ ਡੈਕੋਰੇਸ਼ਨ ਵਾਲੇ ਆ ਗਏ ਆਹ ਲੈ ਆਹ ਕਿੱਡਾ ਘੈਂਟ ਆ ਦੇਖੋ ਮਾਰਿਓ ਨਿਗਾਹ ਇਹ ਕਿੰਨੇ ਕੁ ਦਾ ਹੋਊਗਾ ਰਬੜ ਪਲਾਂਟ ਬਾਈ ਜੀ ਹਨਾ ਜੀ ਆਹ ਆ ਗਏ ਰਬੜ ਪਲਾਂਟ ਇਹ ਵੀ ਦੋ ਨਸਲਾਂ ਚ ਆਉਂਦੇ ਆ ਇੱਕ ਆ ਪੀਲੇ ਜੇ ਪੱਤਿਆਂ ਦੋ ਰੰਗ ਉਹ ਹੋਰ ਹਿਸਾਬ ਦਾ ਹਨਾ ਉਹ ਫਾਈਕਸ ਆ ਗਿਆ ਆਹ ਦੋ ਕਿਸਮ ਦੇ ਆ ਦਰਸ਼ਕ ਲੈ ਇੱਕੋ ਪਰਲੇ ਵਾਸਤੇ ਇਹਦਾ ਰੇਟ ਕੀ ਹੋਊਗਾ ਬਾਈ ਜੀ ਇਹ 100 ਰੁਪਏ ਦਾ ਜੀ ਆਹ ਜਿਹੜਾ ਪੀਲਾ ਜਿਹਾ ਇਹ ਪੀਲਾ 100 ਰੁਪਏ ਦਾ ਕਾਲਾ 100 ਰੁਪਏ ਦਰਸ਼ਕੋ 100-100 ਦਾ ਬੂਟਾ ਅਤੇ ਮੈਂ ਕਹਿੰਦਾ ਜੇ 2-4 ਲਾ ਦੋਗੇ ਤਾਂ ਫਰਕ ਕੋਈ ਨਹੀਂ ਪੈਣਾ ਘਰ ਜੱਜ ਜਾਣਾ ਕਿਉਂ ਬਾਈ ਜੀ ਘਰ ਭਾਵੇਂ ਕੱਚਾ ਹੋਵੇ ਪਰ ਬੂਟਿਆਂ ਨਾਲ ਜੱਜ ਜਾਂਦਾ ਇਹ ਚੀਜ਼ਾਂ ਵੱਡੀਆਂ ਗੱਲਾਂ ਨੇ ਆਜੋ ਇੱਧਰਲੇ ਪਾਸੇ ਅੰਦਰ ਵੀ ਆਪਾਂ ਗੇੜਾ ਮਾਰਾਂਗੇ ਪਾਮ ਦੇ ਦਰਖਤ ਵੀ ਹੁੰਦੇ ਤੁਹਾਡੇ ਕੋਲ ਹੈ ਨਾ ਬਾਈ ਜੀ ਪਾਮ ਸਾਰੇ ਜੀ ਸਾਰਾ ਹੁੰਦਾ 250 ਵੈਰਾਈਟੀ ਹੈ ਜੀ ਪਾਮ ਦੀ ਪਾਮ ਦੀ 250 ਵੈਰਾਈਟੀ ਤੇ ਆਹ ਆਪਾਂ ਗੱਲ ਕਰ ਲਈਏ ਫਲਾਂ ਵਾਲੇ ਇਹ ਅਮਰੂਦ ਦਾ ਬਾਈ ਹਰਮਨ ਫਿਰ ਆ ਕਿੰਨੇ ਕੁ ਦਾ ਹੋਊਗਾ ਇਹ 50 ਰੁਪਏ ਦਾ ਪਲਾਂਟ ਆ ਜੀ ਅਮਰੂਦ ਦਾ ਹੈ ਨਾ ਹਾਂਜੀ ਹਾਂਜੀ ਲੈ ਭਈ ਆਹ ਫਲ ਕਿੰਨੇ ਚਿਰ ਬਾਅਦ ਲੱਗਿਆ ਹੁੰਦਾ ਇਹਨੂੰ ਫਲ 6 ਮਹੀਨੇ ਬਾਅਦ ਆ ਜਾਂਦਾ ਜੀ 6 ਮਹੀਨਿਆਂ ਬਾਅਦ ਫਲ ਆ ਜਾਣਾ ਇਹਦਾ ਮਤਲਬ ਸਾਈਜ਼ ਅਮਰੂਦ ਦਾ 700 ਗ੍ਰਾਮ ਦਾ ਹੋਊਗਾ ਜੀ 700 ਗ੍ਰਾਮ ਦੇ ਲਾ ਲਓ ਸਾਬ 1 ਕਿਲੋ ਦੇ ਨੇੜੇ ਪਹੁੰਚ ਗਿਆ ਬਾਈ ਹਾਂ ਕਿਲੋ ਤਾਂ ਹੀ ਇਹਦਾ ਨਾਮ 1 ਕੇਜੀ ਰੱਖਿਆ ਹੋਇਆ ਜੀ 1 ਕੇਜੀ ਬੂਟਾ ਕਹਿੰਦੇ ਆ ਹਾਂਜੀ 1 ਕੇਜੀ ਦਰਸ਼ਕੋ ਲੈ ਇਹਨੂੰ ਹਿਸਾਬ ਲਾ ਲਓ ਵੀ ਕਿਲੋ ਕਿਲੋ ਦੇ ਨੇੜੇ ਦਾ ਫਲ ਲੱਗਦਾ ਵਾ 1 ਕੇਜੀ ਬੂਟਾ ਕਹਿੰਦੇ ਆ ਇਹਨੂੰ 1 ਕਿਲੋ ਵਾਲਾ ਤੇ 6-7 ਮਹੀਨੇ 'ਚ ਫਲ ਲੱਗਣਾ ਹੈ ਨਾ ਹਾਂਜੀ ਹਾਂ ਇਹ 'ਚ ਹੋਰ ਵੀ ਵੈਰਾਈਟੀ ਤੁਹਾਨੂੰ ਮਿਲ ਜਾਣਗੀਆਂ ਜੀ ਜਿਵੇਂ ਐਪਲ ਅਮਰੂਦ ਹੋ ਗਿਆ ਜੀ ਹਾਂ ਰੈੱਡ ਡਾਇਮੰਡ ਹੋ ਗਿਆ ਜੀ ਜੀ VNR ਹੋ ਗਿਆ ਜੀ ਸਾਰੀਆਂ ਇਲਾਹਾਬਾਦੀ ਹੋ ਗਿਆ ਜਿਵੇਂ ਵੈਰਾਈਟੀ ਤਾਂ ਬਹੁਤ ਆ ਬਾਈ ਜੀ ਆਹ ਦੇਖੋ ਇੱਥੋਂ ਤੱਕ ਆ ਭਰਿਆ ਪਿਆ ਆਹ ਨਿੰਬੂ ਆ ਗਏ ਹਾਂਜੀ ਹਾਂ ਨਿੰਬੂ ਨੇ ਜੀ ਆਹ ਦੇਖੋ ਇਹ ਕਿਹੜੀ ਨਸਲ ਆ ਇਹ ਕਾਗਜ਼ੀ ਨਿੰਬੂ ਜੀ ਆਹ ਦੇਖੋ ਲੱਗੇ ਹੋਏ ਕਾਗਜ਼ੀ ਨਿੰਬੂ ਲੱਗੇ ਪਏ ਆ ਸੁਣ ਮੈਂ ਦੱਸਦਿਆਂ ਮੀਂਹ ਪੂਰਾ ਵੱਧ ਪੈ ਗਿਆ ਸੀ ਇਹਨਾਂ ਦਾ ਰਾਤ ਆਹ ਮਧੋਲੇ ਜੇ ਆਹ ਦੇਖੋ ਲੈ ਇਹ ਵੀ ਕਿੰਨੇ ਚਿਰ ਫਲ ਲੱਗਿਆ ਹੁੰਦਾ ਇਹਨੂੰ ਇਹ 6 ਮਹੀਨਿਆਂ ਦਾ ਫਲ ਆ ਜਾਂਦਾ ਜੀ 6 ਮਹੀਨੇ ਕਿੰਨੇ ਦਾ ਬੂਟਾ ਇਹ 50 ਰੁਪਏ ਦਾ ਜੀ 50 ਦਾ ਬੂਟਾ ਤੇ 100 ਨੂੰ ਕਿਲੋ ਨਿੰਬੂ ਆਮ ਹੋ ਜਾਂਦੇ ਆ ਕਿ ਹਾਂ ਆਰਾਮ ਨਾਲ ਜੀ ਮੈਂ ਸਮਝ ਲਓ ਕਿ ਕਿਲੋ ਨਿੰਬੂ ਨਾ ਉਦੋਂ ਲਿਓ ਉਦੋਂ ਨਾ ਬੂਟਾ ਲੈ ਜਿਓ ਹਾਂਜੀ ਹਾਂਜੀ ਇਹ ਬੇਰੀ ਆ ਗਈ ਜੀ ਕਸ਼ਮੀਰੀ ਐਪਲ ਜੀ ਕਸ਼ਮੀਰੀ ਐਪਲ ਆਹ ਹਾਂਜੀ ਹਾਂਜੀ ਨਹੀਂ ਆ ਇਹ ਆ ਬਣੀ ਜਸਰ ਆ ਕਸ਼ਮੀਰੀ ਐਪਲ ਦੀ ਕੀ ਖਾਸੀਅਤ ਆ ਕਿੰਨੇ ਚਿਰ ਚ ਹੋ ਜਾਂਦੀ ਆ ਆਪਣੇ ਵਧੀਆ ਚੱਲਦੀ ਆ ਹਾਂਜੀ ਹਾਂ ਇਹ ਵਧੀਆ ਚੱਲ ਰਹੀ ਆ ਆਪਣੀ ਕਸ਼ਮੀਰੀ ਬੇਰੀ ਹੋ ਗਈ ਤਾਂ ਕਿੰਨੇ ਕੁ ਦਾ ਬੂਟਾ ਹੋਊ ਭਰਾ 50 ਰੁਪਏ ਦੀ ਹੈ ਜੀ 50 ਰੁਪਏ ਦਾ ਬਾਈ ਇਹ ਰੇਟ ਤੁਹਾਡਾ ਹਿਸਾਬ ਕਿਤਾਬ ਦਾ ਹਾਂਜੀ ਹਾਂ ਬਹੁਤ ਜਾਇਜ਼ ਰੇਟ ਰੱਖਿਆ ਗਿਆ ਆਪਣੇ ਜੀ ਜਮਾ ਜਾਇਜ਼ ਰੇਟ ਆ ਦਰਸ਼ਕੋ ਮੈਂ ਰੇਟ ਨਾਲ ਦੀ ਨਾਲ ਤਾਂ ਪੁੱਛ ਕੇ ਦੱਸ ਰਿਹਾ ਵੀ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਦੂਰੋਂ ਚੱਲ ਕੇ ਵੀ ਆਓ ਤੇ ਜੇ ਕੋਈ ਬਾਈ ਜੀ ਮਾੜਾ ਮੋਟਾ ਨਾਂ ਲੈ ਦੇ ਵੀ ਵੀਡੀਓ ਦੇਖ ਕੇ ਆਏ ਤਾਂ ਫਿਰ ਮਾਣ ਤਣ ਹਾਂਜੀ ਜ਼ਰੂਰ ਕਰ ਦਿਓ ਲਾਜ਼ਮੀ ਭਰਾ ਬਣ ਕੇ ਕਈ ਦੂਰੋਂ ਬੰਦਾ ਤੇਲ ਫੂਕ ਕੇ ਆਉਂਦਾ ਹਨਾ ਤੇ ਆਹ ਇਹ ਵੀ ਬੇਰੀ ਇਹ ਸਾਈਜ਼ ਵੱਡਾ ਹੈਗਾ ਜੀ ਉਹਦੇ ਨਾਲ ਜੀ ਇਹ ਵੱਡੇ ਸੇ ਤੇ ਬੇਰ ਦਾ ਸਾਈਜ਼ ਕੀ ਹੁੰਦਾ ਇਹਦੇ ਹੈਗਾ ਐਪਲ ਬੇਰ ਜੀ ਐਪਲ ਵੇਰ ਹਾਂਜੀ ਹਾਂਜੀ ਜਿਵੇਂ ਤੁਸੀਂ ਸਾਈਜ਼ ਦੇ ਹਿਸਾਬ ਨਾਲ ਪਲਾਂਟ ਵੱਡਾ ਲਓਗੇ ਉਸ ਤਰ੍ਹਾਂ ਦਾ ਰੇਟ ਵੀ ਅਪ ਹੁੰਦਾ ਜਾਂਦਾ ਰੇਟ ਦਾ ਹਾਂ ਵੈਸੇ 50 ਰੁਪਏ ਤੋਂ ਸਟਾਰਟ ਆ ਜੀ ਫਰੂਟ ਵਾਲਾ ਬੂਟਾ ਜੀ ਹਾਂ ਸਾਈਜ਼ ਦੇ ਹਿਸਾਬ ਨਾਲ ਦਰਸ਼ਕੋ ਰੇਟ ਦਾ ਫਰਕ ਪੈ ਸਕਦਾ ਸਾਰਾ ਗ੍ਰਾਫਟਡ ਆ ਜੀ ਜੀ ਗ੍ਰਾਫਟਡ ਦਾ ਤੇ ਆਹ ਭਰਾ ਇਹ ਸੀਤਾਫਲ ਆ ਜੀ ਸੀਤਾਫਲ ਸੀ ਜਦੋਂ ਸੀਤਾਫਲ ਦੀ ਗੱਲ ਆਉਂਦੀ ਆ ਤਾਂ ਚੀਕੂ ਵੀ ਨਾਲ ਆਊਗਾ ਹੀ ਆਊਗਾ ਤੁਹਾਨੂੰ ਮੈਂ ਦੱਸ ਦਿੰਦਾ ਗੱਲ ਨਾਲ ਹੀ ਰੱਖਿਆ ਹੋਇਆ ਆ ਉਹ ਵੀ ਨਾਲ ਹੀ ਰੱਖਿਆ ਇਹ ਕਿੰਨੇ ਕੁ ਦਾ ਹੋ ਸੀਤਾਫਲ ਇਹ 100 ਰੁਪਏ ਦਾ ਪਲਾਂਟ ਆ ਜੀ ਸੀਤਾਫਲ ਦਰਸ਼ਕੋ 100 ਰੁਪਏ ਦਾ ਸਮਝ ਲਓ ਕਿ ਅੱਧਾ ਸਰਕਾਰ 'ਚ ਹਿੱਸਾ ਪੈ ਜਾਣਾ ਤੁਹਾਡਾ ਇਹ ਆਂਧਰਾ ਦੀ ਵੈਰਾਈਟੀ ਆ ਜੀ ਇਹ ਆਂਧਰਾ ਪ੍ਰਦੇਸ਼ ਦੀ ਵੈਰਾਈਟੀ ਆ ਤੇ ਆਹ
ਇਹ ਮਾਲ ਬੀਤੀ ਜੀ ਇਹ ਤਕੋਣ ਨੇ ਜੀ ਇਹ ਵੈਸੇ ਇਹ ਤਾਂ ਡੈਕੋਰੇਟਰ ਨਾ ਹਨਾ ਤੇ ਸੀਤਾ ਫਲ ਕਿੱਥੇ ਆ ਚੀਕੂ ਕਿੱਥੇ ਆ ਆ ਚੀਕੂ ਨੇ ਸਾਰੇ ਜੀ ਆ ਚੀਕੂ ਪਿਆ ਦਰਸ਼ ਕੋਲ ਆ ਬਈ ਫਲ ਲੱਗਦਾ ਵੀ ਹੁੰਦਾ ਇਹਨਾਂ ਨੂੰ ਹਾਂਜੀ ਹਾਂਜੀ ਹਾਂ ਆ ਗੋਪੀ ਵੀਰ ਦਿਖਾ ਦੀ ਨੇੜੇ ਕਰਕੇ ਸਾਰੇ ਗ੍ਰਾਫਟਡ ਪਲਾਨ ਨੇ ਜੀ ਗ੍ਰਾਫਟਡ ਤੇ ਗ੍ਰਾਫਟਡ ਮਤਲਬ ਵੀ ਇਹ ਛੇਤੀ ਹੋਣਗੇ ਛੇਤੀ ਹਾਂਜੀ ਹਰ ਇੱਕ ਦਾ ਰਿਜ਼ਲਟ ਜੀ 6 ਮਹੀਨੇ ਬਾਅਦ ਤੁਹਾਨੂੰ ਪੱਕਾ ਮਿਲ ਜਾਣਾ ਜੀ ਹਾਂ ਗ੍ਰਾਫਟਡ ਦਾ ਮਤਲਬ ਛੇਤੀ ਰਿਜ਼ਲਟ ਮਿਲਣ ਵਾਲੇ ਬੂਟੇ ਤੇ ਆਹ ਇਹ ਐਵਾਕਾਡੋ ਆ ਗਿਆ ਜੀ ਇਹ ਤਾਂ ਯਾਰ ਮਹਿੰਗਾ ਹੀ ਬਹੁਤ ਆ ਬਈ ਫਲ ਇਹਦਾ ਬਹੁਤ ਮਹਿੰਗਾ ਫਲ ਆ ਜੀ ਐਵਾਕਾਡੋ ਜਿਹੜਾ ਫਲ ਆ ਹਰਾ ਭਰਾਇਆ ਲੱਭ ਬਈ ਮੈਨੂੰ ਲੱਗਦਾ ਇਹ ਹੁਣ ਹੀ ਲੱਗਦੀ ਤਾਂ ਸਹੀਗਾ ਹਾਂਜੀ ਹਾਂ ਹੁਣ ਮੌਸਮ ਬਹੁਤ ਵਧੀਆ ਜੀ ਕਿੰਨੇ ਕਿਦਾ ਹੋਊ ਵੀਰੇ ਇਹ 200 ਰੁਪਏ ਦਾ ਪਲਾਂਟ ਆ ਜੀ ਸਾਰਾ ਹੀ ਹਾਂਜੀ ਤੇ 200 ਤੋਂ ਇੱਕ ਪੀਸ ਹੀ ਦਿੰਦੇ ਆ ਹਾਂ ਇੱਕ ਵੀ ਨਹੀਂ ਦਿੰਦੇ ਜੀ 200 250 ਦਾ ਹੁੰਦਾ ਜੀ ਉਹ ਮਹਿੰਗਾ ਜਲਸਾ ਆ ਪਤਾ ਐਵਾਕਾਡੋ ਕਈ ਇਹ ਤਾਂ ਕਹਿਣਾ ਹੀ ਨਹੀਂ ਆਉਂਦਾ ਯਾਰ ਹੈ ਕੀ ਉਹ ਆਹ ਕੀ ਆ ਇਹ ਕਾਠਾ ਲੱਗੀ ਜੀ ਕਠੇਲ ਮੈਂ ਤੁਹਾਨੂੰ ਕਠੇਲ ਦਾ ਦੱਸ ਦਿਆਂ ਵੀ ਇਹ ਕਹਿ ਸਕਦੇ ਆ ਕਿ ਸ਼ਾਕਾਹਾਰੀ ਬੰਦਿਆਂ ਦਾ ਮੀਟ ਆ ਹਾਂਜੀ ਜਿਹੜਾ ਇਹਨੂੰ ਫਲ ਲੱਗਦਾ ਉਹ ਸਬਜ਼ੀ ਜਦੋਂ ਬਣਦੀ ਆ ਨਾ ਸੁੱਕੀ ਐਂ ਲੱਗੂਗਾ ਜਿਵੇਂ ਤੁਸੀਂ ਮੁਰਗਾ ਖਾਂਦੇ ਹੁੰਦੇ ਆ ਹਾਂਜੀ ਤੇ ਬਹੁਤ ਵਧੀਆ ਸਬਜ਼ੀ ਦੇ ਇਹ ਕਿਸਾਨੀ ਦੇ ਤੌਰ ਤੇ ਵਰਤਣਾ ਹੋਵੇ ਫਲ ਬਹੁਤ ਲੱਗਦਾ ਇਹਨੂੰ ਧੰਦਾ ਮਾੜਾ ਨਹੀਂਗਾ ਇਹ ਤੇ ਤੁਸੀਂ ਕਟਹਲ ਲੈ ਸਕਦੇ ਹੋ ਕਟਹਲ ਕਹਿੰਦੇ ਇਹਨੂੰ ਕਟਹਲ ਇੱਕ ਫਿਲਮ ਵੀ ਆਈ ਆ ਤੇ ਇਦੋਂ ਵਿੱਚ ਭਰਾ ਆਹ ਇਹ ਕੀ ਆ ਇਹ ਆਪਣਾ ਨਾ ਬੱਬੂ ਗੋਸ਼ਾ ਹੈਗਾ ਜੀ ਠੀਕ ਆ ਗੋਸ਼ਾ ਜਾ ਕਹਿੰਦੇ ਹੁੰਦੇ ਜਿਹਨੂੰ ਹਨਾ ਹਾਂਜੀ ਹਾਂਜੀ ਉਹ ਹੋ ਗਿਆ ਤੇ ਆਹ ਇਹ ਆਮਲਾ ਹੈ ਜੀ ਆਮਲਾ ਇਹਦਾ ਕੀ ਰੇਟ ਆ ਭਰਾ ਆਮਲੇ ਦਾ ਇਹ 100 ਰੁਪਏ ਦਾ ਜੀ ਗ੍ਰਾਫਟਡ ਪਲਾਂਟ ਆ ਜੀ ਤੁਹਾਨੂੰ ਦੇਸੀ ਵੀ ਮਿਲ ਜੂ ਉਹਦੇ ਵਿੱਚ 50 ਰੁਪਏ ਦਾ ਪਲਾਂਟ ਜੀ ਤੇ ਇਹ ਕਿੰਨੇ ਚਿਰ ਬਾਅਦ ਫਲ ਲੱਗੂ ਜਿਹੜਾ ਤਾਂ ਦੇਸੀ ਹੁੰਦਾ ਜੀ ਉਹ ਤਾਂ ਤੁਹਾਨੂੰ ਐ ਮੰਨੋ ਵੀ 7-8 ਸਾਲ ਲੈ ਜਾਂਦਾ ਜੀ ਫਲ ਲੈਣ ਜੀ ਇਹ ਵਾਲਾ ਪਲਾਂਟ ਤੁਸੀਂ ਐ ਮੰਨੋ ਵੀ 2 ਸਾਲਾਂ ਬਾਅਦ ਫਰੂਟ ਲੈ ਆਉਂਦੇ ਜੀ ਤੇ ਇਹ ਇੱਕ ਲਾਉਣਾ ਪਊਗਾ ਦੋ ਇਹ ਜਿਹੜਾ ਹਾਈਬ੍ਰਿਡ ਆ ਇੱਕ ਲੱਗੂਗਾ ਜੀ ਜਿਹੜੇ ਦੇਸੀ ਹੁੰਦੇ ਨੇ ਉਹ 2 ਲੱਗਣਗੇ ਜੀ ਉਹ ਕੀ ਕਾਰਨ ਹੁੰਦਾ ਉਹਨਾਂ ਮੇਲ ਫੀਮੇਲ ਦਾ ਚੱਕਰ ਹੁੰਦਾ ਜੀ ਜੀ ਜਿਹੜਾ ਹਾਈਬ੍ਰਿਡ ਆ ਉਹ ਇੱਕ ਹੀ ਲਾ ਦਿਓ ਯਾਰ ਥਾਂ ਦੇ ਹਿਸਾਬ ਨਾਲ ਫਲ ਲੱਗਣਾ ਔਲਾ ਵਧੀਆ ਚੀਜ਼ ਆ ਯਾਰ ਦਰਖਤ ਹੀ ਸਾਫ਼ ਸੁਥਰਾ ਹੁੰਦਾ ਹੈ ਬਹੁਤ ਬਾਈ ਜੀ ਤੇ ਆਹ ਆ ਗਏ ਨਿੰਬੂ ਫਿਰ ਨਿੰਬੂ ਆ ਗਿਆ ਹਾਂਜੀ ਆ ਨਿੰਬੂ ਫਿਰ ਆ ਗਿਆ ਫਲ ਦੇਖੋ ਬਾਈ ਹਾਂਜੀ ਇਹ ਪਾਕਿਸਤਾਨੀ ਨਿੰਬੂ ਹੈ ਜੀ ਕਾਗਜ਼ੀ ਕਹਿੰਦੇ ਕਾਗਜ਼ੀ ਜੀ ਕਹਿੰਦੇ ਨਿੰਬੂ ਕਹਿੰਦੇ ਪਾਕਿਸਤਾਨੀ ਚਿੱਟੇ ਫਲ ਖਿੜਿਆ ਆ ਇਹਨਾਂ ਦੇ ਇਹ ਵੀ ਮੈਂ ਕਹਿੰਦਾ 150 ਦੇ ਹੋਊ ਕਿ ਨਹੀਂ ਪਤਾ 50 ਰੁਪਏ ਦਾ ਮਿਲ ਜੂਗਾ ਤੁਹਾਨੂੰ 50 ਦਾ ਬੂਟਾ ਯਾਰ ਲੈ ਬਾਈ ਹੈ ਤਾਂ ਯਾਰ ਘੌਲੀ ਕਰ ਜਾਂਦੇ ਆ ਆਪਾਂ ਬੂਟਾ ਲਾਉਣ ਖਾਣੋਂ ਕਿੰਨਾ ਕੁ ਮਹਿੰਗਾ ਕਿਤੇ ਮੈਂ ਕਹਿੰਦਾ ਬੰਦਾ 500 ਰੁਪਇਆ ਪਾਇਆ ਵੇ ਤੇ ਘੱਟੋ ਘੱਟ 7-8 ਬੂਟੇ ਆ ਜਾਣੇ ਆ ਆਰਾਮ ਨਾਲ ਆ ਜਾਣਗੇ ਜੀ ਹਨਾ ਜੇ 7-8 ਬੂਟੇ ਆ ਜਾਣੇ 500 ਰੁਪਏ ਦੇ ਵਿੱਚ ਜੋ ਉਹਨਾਂ ਨੂੰ ਇੱਕ ਇੱਕ ਵਾਰੀ ਵੀ ਫਲ ਲਾ ਕੇ ਲਾ ਲਓ ਸਭ ਆਹ ਅੰਬ ਦੀ ਵੈਰਾਈਟੀ ਆ ਗਈ ਹਾਂਜੀ ਅੰਬ ਆ ਗਏ ਇਹ ਵੀ ਹੁਣ ਸਹੀ ਰੋਤਾ ਜਮਾ ਹਾਂਜੀ ਹਾਂਜੀ ਇਹ ਕਿਹੜੇ ਕਿਹੜੇ ਅੰਬ ਆ ਬਾਈ ਜੀ ਆਪਣੇ ਇਹ ਅਮਰਪਾਲੀ ਆ ਜੀ ਆਪਣੇ ਕੋਲੇ ਜੀ ਇੱਕ ਸਵਰਨ ਰੇਖਾ ਜੀ ਜੀ ਇੱਕ ਥਾਈ ਅੰਬ ਆ ਜਿਹੜਾ ਸਾਲ ਦੇ ਵਿੱਚ ਦੋ ਵਾਰ ਲੱਗਦਾ ਜੀ 12 ਮਾਸੀ ਕਹਿੰਦੇ ਨੇ ਜੀ ਠੀਕ ਆ ਸਾਰੇ ਕੋਈ ਨਸਲਾਂ ਹਾਂਜੀ ਹਾਂਜੀ ਤੇ ਉਦੋਂ ਬਾਅਦ ਆ ਗਈਆਂ ਜਾਮਣਾ ਹਾਂਜੀ ਜਾਮਣ ਇਹ ਗ੍ਰਾਫਟਡ ਆ ਗਈ ਜੀ ਗ੍ਰਾਫਟਡ ਜਾਮਣ ਆ ਗਈ ਇਹ ਕਿੰਨੇ ਚਿਰ ਬਾਅਦ ਫਲ ਲੱਗਿਆ ਉਹਨਾਂ ਨੂੰ ਇਹ ਤੇ ਮਤਲਬ ਤਕਰੀਬਨ 4 ਸਾਲਾਂ ਬਾਅਦ ਫਲ ਆ ਜਾਂਦਾ ਜਿਹੜਾ ਦੇਸੀ ਆ ਜੀ ਉਹ ਤੇ 8 ਸਾਲ ਬਾਅਦ ਫਲ ਆਉਂਦਾ ਜੀ ਹਾਂ ਇਹ ਮਤਲਬ ਖੇਤਾਂ ਚ ਲਾਉਣ ਵਾਸਤੇ ਠੀਕ ਆ ਹਾਂਜੀ ਬਾਉਂਡਰੀ ਵਗੈਰਾ ਲਾਉਣ ਵਾਸਤੇ ਸਾਰ ਨੂੰ ਵਧੀਆ ਟੌਪ ਦਾ ਪਲਾਂਟ ਆ ਜੀ ਬਿਲਕੁਲ ਆ ਇਧਰਲੇ ਪਾਸੇ ਵੀ ਤੁਹਾਡੀਆਂ ਵੈਰਾਈਟੀਆਂ ਪਈਆਂ ਨੇ ਸਾਰੇ ਫਲਦਾਰ ਬੂਟੀ ਨੇ ਜੀ ਇਹ ਆ ਗਈਆਂ ਜਿਹੜੀਆਂ ਸੜਕਾਂ ਤੇ ਲਾਏ ਹੁੰਦੇ ਆ ਹਾਂਜੀ ਕਨੇਰ ਜੀ ਆ ਕਨੇਰ ਜੀ ਆ ਗਈ ਜੇ ਲਾਉਣੀ ਆ ਨਾ ਸੜਕਾਂ ਤੇ ਇਹ ਪੰਚਾਇਤਾਂ ਦੇ ਕੰਮ ਆਉਣ ਵਾਲਾ ਕੰਮ ਹਾਂਜੀ ਹਾਂਜੀ ਇਹ ਡਵਾਰਫ ਨੇ ਜੀ ਸਾਰੀਆਂ ਇਹ ਜੀ ਜੀ ਭਰਾ ਤੇ ਇਹ ਵੀ ਇਦੋਂ ਆ ਚ ਕਹਿੰਦੇ ਵਿਦਿਆ ਬੁੱਧਿਆ ਪਈ ਇਹਨਾਂ ਕੋਲ ਇਧਰ ਨੂੰ ਮੜ ਗਈ ਐਂਟਰੀ ਮੜੀ ਜੀ ਹਾਂਜੀ ਹਾਂਜੀ ਆਜੋ ਆਜੋ ਗੋਪੀ ਵੀਰੇ ਤੁਰਿਓ ਆ ਵੀ ਅੰਬਾਂ ਦੀਆਂ ਵੈਰਾਈਟੀਆਂ ਪਈਆਂ ਯਾਰ ਇਹਨਾਂ ਕੋਲੇ ਤੁਹਾਨੂੰ ਮੈਂ ਦੱਸਦਿਆਂ ਵੀਡੀਓ ਇਸ ਰੁੱਤ 'ਚ ਬਣਾਉਣ ਦਾ ਕਾਰਨ ਇਹ ਆ ਕਿ ਸਹੀ ਸਮਾਂ ਇਹੀ ਆ ਬੂਟੇ ਲਾਉਣ ਦਾ ਫਿਰ 6 ਮਹੀਨਿਆਂ ਨੂੰ ਆਊ ਜਦੋਂ ਆਊ ਆਹ ਦੇਖੋ ਲੈ ਆਹ ਵਰਾਇਟੀ ਆਪਾਂ ਤੁਰੇ ਜਾਈਏ ਨਾਲ ਦਿਖਾਉਂਦੇ ਜਾਈਏ ਆਹ ਦੇਖੋ ਤੁਰੇ ਆਓ ਗੋਪੀ ਵੀਰੇ ਦਿਖਾਉਂਦੇ ਆਓ ਕਿੰਨੀਆਂ ਵਰਾਇਟੀਆਂ ਪਈਆਂ ਆਹ ਕਿਹੜੀ ਨਸਲ ਹੁੰਦੀ ਆ ਇਹ ਐਰੀਕਾ ਪਾਮ ਆ ਜੀ ਇਹ ਵੀ ਆਪਾਂ ਗਮਲੇ 'ਚ ਲੱਗ ਜਾਂਦੀ ਇਹ ਕੁਛ ਕੁ ਪਲਾਂਟ ਇੱਦਾਂ ਦੇ ਨੇ ਜੀ ਆਪਣੇ ਲਵੇ ਮਤਲਬ ਜਿਹੜੇ 5-6 ਪਲਾਂਟ ਇੱਦਾਂ ਦੇ ਨੇ ਜਿਹੜੇ 24 ਘੰਟੇ ਆਕਸੀਜਨ ਦਿੰਦੇ ਨੇ ਜੀ ਇਹ ਉਹਨਾਂ 'ਚ ਉਹਨਾਂ ਦੇ ਵਿੱਚ ਇੱਕ ਪਲਾਂਟ ਆ ਗਿਆ ਜੀ ਐਰੀਕਾ ਪਾਮ ਜੀ ਇਨਡੋਰ ਪਲਾਂਟ ਜੀ ਅੱਛਾ 24 ਘੰਟੇ ਆਕਸੀਜਨ ਦਿੰਦਾ ਹੈ 24 ਘੰਟੇ ਆਕਸੀਜਨ ਦਿੰਦਾ ਹਾਂਜੀ ਤੇ ਹੈ ਕਿੰਨੇ ਕਿਦਾ ਹੋ ਭਲਾ ਇਹ ਸਾਰਾ 80 ਰੁਪਏ ਦਾ ਪਲਾਂਟ ਆ ਜੀ 80ਾਂ ਦਾ ਇਹ ਪਲਾਂਟ ਤੇ 24 ਘੰਟੇ ਆਕਸੀਜਨ ਦੇਣੀ ਯਾਰ ਗੱਲ ਕਿੱਡੀ ਆ ਤੇ ਆਹ ਯਾਰ ਸੋਹਣਾ ਤੁਹਾਡਾ ਪਿਆ ਕੰਮ ਅੱਛਾ ਉਧਰੋਂ ਚੱਕ ਲਓ ਲੈ ਆਹ ਯਾਰ ਬੜਾ ਸੋਹਣੇ ਆ ਇਹ ਟੰਗਣ ਵਾਸਤੇ ਆ ਹਾਂਜੀ ਹਾਂਜੀ ਇਹ ਕਿਹੜੀ ਨਸਲ ਆ ਇਹ ਸੈਕੂਲੈਂਟ ਦੀ ਵੈਰਾਈਟੀ ਆ ਗਈ ਜੀ ਵੀ ਇਹ ਜਿਵੇਂ ਨਾ ਜਵੈਣ ਜੀ ਹੁੰਦੀ ਆ ਜਵੈਣ ਜੀ ਹੁੰਦੇ ਜਿਵੇਂ ਜੀ ਪਾਣੀ ਬਹੁਤ ਘੱਟ ਪਾਉਣਾ ਚਾਹੀਦਾ ਆਪਾਂ ਨੂੰ ਪਾਣੀ ਇਦਾਂ ਮੰਨੋ ਤੁਸੀਂ ਮਹੀਨੇ ਵਿੱਚ ਜੀ 3-4 ਦਿਨ ਪਾਣੀ ਪਾਉਣਾ ਜੀ ਬਸ ਪਾਣੀ ਘੱਟ ਪਾ ਐਂ ਲਮਕਾ ਦੇਣਾ ਲਮਕਾ ਦੇਣੀ ਯਾਰ ਇਹ ਆ ਜਾਣੀ ਸਾਰੀ ਹੈਂਗ ਹੋ ਜਾਣੀ ਜੀ ਜੀ ਹੈਂਗ ਹੋ ਜਾਣੀ ਸੋਹਣੀ ਬਣ ਜਾਣੀ ਆ ਬਣਤਰ ਵਧੀਆ ਬਣ ਜਾਣੀ ਆ ਆ ਵੀ ਪਾਮ ਦੀਆਂ ਨਸਲਾਂ ਨੇ ਹਾਂਜੀ ਇਹ C40 ਪਾਮ ਆ ਗਈ ਇਹ ਵੀ 24 ਘੰਟੇ ਆਕਸੀਜਨ ਦਿੰਦਾ ਜੀ ਇਹ ਵੀ 24 ਘੰਟੇ ਹਾਂਜੀ ਹਾਂਜੀ ਪ੍ਰਵਾਹ ਚੱਲਦਾ ਹੀ ਰਵੇ ਆਕਸੀਜਨ ਦਾ ਹਾਂਜੀ ਹਾਂਜੀ ਤੇ ਆਹ ਸਫੈਦਾ ਆ ਗਿਆ ਸਫੈਦਾ ਆ ਗਿਆ ਜੀ ਇਹ ਸਫੈਦਾ ਆ ਗਿਆ ਇਹ ਥੋੜਾ ਜਿਹਾ ਉਸ ਏਰੀਆ 'ਚ ਵਰਤੇ ਜਾਂਦੇ ਜਿੱਥੇ ਪਾਣੀ ਵੱਧਦਾ ਹਨਾ ਹਾਂਜੀ ਹਾਂਜੀ ਪਾਣੀ ਵੱਧਦਾ ਜੀ ਤੇ ਆਹੋ ਇੱਧਰ ਆ ਪਾਮ ਦੀਆਂ ਨਸਲਾਂ ਪਈਆਂ ਨੇ ਹਾਂਜੀ ਤੇ ਆਹ ਕਾਫੀ ਪਈ ਆ ਵੈਰਾਈਟੀ ਆ ਜੋ ਤੁਰਿਓ
ਇਹਦੇ ਵਿੱਚ ਆਪਾਂ ਦੇਖੀਏ ਅੱਗੇ ਘਾਹ ਵਾਲੇ ਪਾਸੇ ਚਲੇ ਗਏ। ਹਾਂਜੀ ਹਾਂਜੀ। ਤੇ ਆਹ ਭਰਾ ਪਲਾਟ ਇਹ ਫਿਡਲ ਫਿਗ ਆ ਜੀ, ਇਹਨੂੰ ਲਬਰੇਟਾ ਫਾਈਕਸ ਵੀ ਕਹਿੰਦੇ ਨੇ ਜੀ। ਜੀ ਇਹ ਇਨਡੋਰ ਪਲਾਂਟ ਆ ਜੀ। ਅੱਛਾ, ਇਹਦੀ ਕੀ ਖਾਸੀਅਤ ਆ? ਬਸ ਡੈਕੋਰੇਸ਼ਨ ਪਲਾਂਟ ਆ ਜੀ, ਲੱਗਣਾ ਕੁਛ ਨਹੀਂ ਅੰਦਰ ਰਹਿਣਾ। ਹਾਂ, ਪੱਤੇ ਦੇਖੋ ਜਿਵੇਂ ਜੀ, ਮਤਲਬ ਘਿਓ ਮਾਰਿਆ ਹੁੰਦਾ ਜੀ ਤੇ ਐਂ ਛੰਗ ਲੈ। ਆਹ ਦੇਖੋ ਲੈ ਕਿਵੇਂ ਦੇਸੀ ਘਿਓ ਨਾਲ ਰੋਟੀਆਂ ਚੋਪੜੀਆਂ ਹੁੰਦੀਆਂ ਨਾ ਜਿਵੇਂ, ਤੇ ਛੋਟਾ ਵੀ ਹੈਗਾ ਹੈ ਨਾ ਜੀ? ਸਾਈਜ਼ ਛੋਟਾ ਵੀ ਹੈਗਾ ਜੀ। ਛੋਟਾ ਵੀ ਹੈਗਾ, ਵੱਡਾ ਕਿੰਨੇ ਕੁ ਦਾ ਉਪਲਾ? ਇਹ ਵੱਡਾ ਸਾਈਜ਼ 300 ਰੁਪਏ ਦਾ ਜੀ, ਆਹ 100 ਰੁਪਏ ਦਾ ਪਲਾਂਟ ਆ ਛੋਟਾ ਜੀ। ਇਹ ਇਨਡੋਰ ਰੱਖ ਸਕਦੇ ਆ? ਹਾਂਜੀ ਹਾਂਜੀ। ਹਰਿਆਲੀ ਪੱਖੋਂ ਬਹੁਤ ਸੋਹਣਾ ਬਾਈ ਹੈ, ਬਹੁਤ ਸੋਹਣਾ ਪਲਾਂਟ, ਜਿਵੇਂ ਘਰ ਦੇ ਅੰਦਰ ਹੀ ਬੋਰਡ ਜਿਹਾ ਲਾ ਲੈਣਾ ਜਿਵੇਂ। ਹਾਂਜੀ ਹਾਂਜੀ। ਤੇ ਇਹ ਜੇ ਦਰਖਤ ਹੈਗੇ ਆ ਜੋ ਉਧਰਲੇ ਪਾਸੋਂ ਨੂੰ ਚੱਲ ਗਏ, ਸੋਨੂੰ ਮੈਂ ਤੁਹਾਡੇ ਨਾਲ ਸਿਰਗੀਨ ਤੇ ਦੱਸ ਰਿਹਾ ਹੋਊਗਾ, ਡਰੋਨ ਦੇ ਸੀਨ ਰਾਹੀਂ ਦਿਖਾਵਾਂਗੇ। ਬਹੁਤ ਵਿਸ਼ਾਲ ਏਰੀਆ ਦੇ ਵਿੱਚ ਪਾਮ ਦੀ ਵੈਰਾਈਟੀ ਕੋਈ ਬਹੁਤ ਜ਼ਿਆਦਾ ਰੱਖੀ ਬੈਠੇ ਆ, ਤੇ ਆ ਜੋ ਇਧਰਲੇ ਪਾਸੇ ਹੋਰ ਦੇਖੀਏ। ਤੇ ਬਾਈ ਜੀ ਆਹ ਘਾਹ ਦੀ ਕੀ ਖਾਸੀਅਤ ਆ? ਇਹ ਆਪਣਾ ਗੋਲਫ ਗਰਾਸ ਆ ਜੀ। ਗੋਲਫ? ਅੱਛਾ ਜੀ। ਇਹਦੀ ਸਾਲ ਦੇ ਵਿੱਚ 2 ਦਿਨ ਵਾਰੀ ਕਟਿੰਗ ਹੁੰਦੀ ਹੈ ਜੀ। ਅੱਛਾ, ਸਾਲ 'ਚ 2-3 ਵਾਰੀ ਕੋਈ? ਹਾਂਜੀ, ਜਿਹੜਾ ਆਪਾਂ ਆਮ ਨੋਰਮਲ ਹੁੰਦਾ ਸਿਲੈਕਸ਼ਨ ਨੰਬਰ 1 ਜੀ, ਉਹਦੀ 15 ਦਿਨਾਂ ਬਾਅਦ ਕਟਿੰਗ ਕਰਨੀ ਪੈਂਦੀ ਜੀ। ਇਹ ਇੱਕ ਵਾਰ ਲਾ ਦਿਓ ਜੀ, ਮਤਲਬ 6 ਮਹੀਨਿਆਂ ਬਾਅਦ ਕਟਿੰਗ ਭਾਲ ਲਾ ਜੀ। ਇਹ ਫੁੱਟਬਾਲ ਜਾਂ ਹਾਕੀ ਵਾਲੇ ਗਰਾਊਂਡ 'ਚ ਚੱਲਦਾ ਕਿ ਨਹੀਂ? ਨਹੀਂ, ਉੱਥੇ ਨਹੀਂ ਚੱਲਣਾ ਜੀ। ਇਹ ਕਿਤੇ ਘਰਾਂ ਦੇ ਵਿੱਚ? ਘਰਾਂ ਦੇ ਵਿੱਚ ਹੀ ਲੱਗਣਾ ਜੀ। ਇਹ ਘਰਾਂ ਚਲਾਉਣ ਵਾਲਾ ਘਾਹ ਵਾ? ਹਾਂਜੀ ਹਾਂਜੀ। ਇਹ ਕੀ ਹਿਸਾਬ ਕਿਤਾਬ ਹੁੰਦਾ ਉਹ? ਇਹ ਆਪਾਂ ਫੁੱਟਾਂ ਹਿਸਾਬ ਨਾਲ ਦਿੰਦੇ ਜੀ, ਆਪਾਂ  20 ਰੁਪਏ ਫੁੱਟ ਦਿੰਦੇ ਜੀ ਗਰਾਊਂਡ। ਫੁੱਟਾਂ ਦੇ ਹਿਸਾਬ ਨਾਲ? ਹਾਂਜੀ, ਚੱਲ ਜਾਂਦਾ ਉਹ। ਹਾਂਜੀ, ਇੱਕ ਫੁੱਟ ਨਾਲ 10 ਫੁੱਟ ਕਵਰ ਕਰ ਲੈਂਦਾ ਜੀ। ਇੱਕ ਫੁੱਟ ਨਾਲ 10 ਫੁੱਟ? ਇੱਕ ਨਸਲ ਉਹ ਹੈਗੀ ਹੈ ਮੈਨੂੰ ਲੱਗਦਾ, ਉਹ ਬੜਾ ਘੈਂਟਾ ਤੁਹਾਡਾ। ਹਾਂਜੀ, ਇਹ ਕੋਰੀਅਨ ਗਰਾਸ ਹੈਗਾ ਜੀ। ਕੋਰੀਅਨ ਗਰਾਸ? ਹਾਂਜੀ। ਇਹ ਤੁਸੀਂ ਦੇਖੋ ਜੀ, ਮਤਲਬ ਪੈਰ ਰੱਖੋਗੇ ਤਾਂ ਮਤਲਬ ਵਿੱਚ ਜਾਂਦਾ। ਆਹ ਤਾਂ ਲੱਗਦਾ, ਆਹ ਗੱਲ ਹੋਰ ਆ ਯਾਰ, ਆਹ ਯਾਰ ਘੈਂਟ ਬੜਾ ਤੁਹਾਡਾ। ਹਾਂਜੀ, ਕੋਰੀਅਨ ਨਾਲ। ਇਹ ਕੋਰੀਅਨ ਵਾਲੇ ਨਾ ਮੱਛੀ ਮੁੱਛੀ ਵੱਧ ਖਾ, ਜਿਵੇਂ ਵਾਲ ਹੁੰਦੇ ਨਾ ਉਹਨਾਂ ਦੇ, ਉਹੋ ਜਿਹੇ ਵਾਲਾਂ ਰਗਾ। ਹਾਂਜੀ। ਇਹ ਕੀ ਹਿਸਾਬ ਕਿਤਾਬ ਹੁੰਦਾ? ਇਹ ਆਪਾਂ ਦਿੰਦੇ ਜੀ 25 ਰੁਪਏ ਫੁੱਟ ਜੀ। ਇਹ ਗਰਾਊਂਡਾਂ 'ਚ ਚੱਲਦਾ? ਇਹ ਚੱਲ ਜੂਗਾ ਜੀ, ਗਰਾਊਂਡ 'ਚ ਵੀ ਚੱਲ ਜੂਗਾ, ਪਰ ਇਹ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ। ਵੈਸੇ ਘਰਾਂ ਵਾਲਾ ਹੀ ਹੈ ਜ਼ਿਆਦਾਤਰ ਗਰਾਊਂਡ, ਘਰਾਂ ਵਾਲਾ ਹੀ ਆ, ਸਿਲੈਕਸ਼ਨ ਨੰਬਰ 1 ਹੁੰਦਾ ਜੀ। ਜੀ ਜੀ, ਕਿਉਂਕਿ ਉਹਦੇ ਵਿੱਚ ਜ਼ਿਆਦਾ ਤੁਰਨਾ ਫਿਰਨਾ ਪੈਂਦਾ ਗਾ, ਉਹਦੇ ਕਰਕੇ ਨਹੀਂ ਮਤਲਬ ਉਹ ਘਾਹ ਦੇ ਨਾਲ ਇਹ ਅਪਡੇਟ ਆ। ਹਾਂਜੀ, ਅਪਡੇਟ ਵਰਜਨ ਮੰਨ ਲਈਏ। ਹਾਂਜੀ ਹਾਂਜੀ, ਅਪਡੇਟ। ਇਹ ਘਰਾਂ 'ਚ ਲਾ ਲਓ ਯਾਰ, ਦੇਖੋ ਦਰਸ਼ਕੋ ਕਿੰਨਾ ਕੁ ਘੈਂਟ ਘਾਹ ਦੇਖੋ ਲੈ, ਇਹ ਘਰਾਂ 'ਚ ਲਾਉਣ ਵਾਸਤੇ ਆ। ਇਹਦੀ ਸਾਲ 'ਚ ਇੱਕ ਵਾਰੀ ਕਟਾਈ ਹੁੰਦੀ ਜੀ, 10 ਮਹੀਨੇ ਹੋ ਗਏ ਹਜੇ ਤੱਕ ਕਟਿੰਗ ਨਹੀਂ ਕਰੀ। ਸਾਲ 'ਚ ਚੱਕਰ ਹੀ ਹੋਣੀ ਹੈ ਨਾ? ਹਾਂਜੀ ਹਾਂਜੀ, ਵੱਧ ਤੋਂ ਵੱਧ 2 ਵਾਰੀ ਹੋ ਜੂਗੀ, ਪਰ ਗੱਲ ਵੀ ਘੈਂਟ ਆ ਚੀਜ਼ ਇਹ। ਹਾਂਜੀ। ਤੇ ਆ ਜੋ ਇਧਰਲੇ ਪਾਸੇ ਹੋਰ ਵੀ ਗੇੜਾ ਮਾਰਿਆ ਗਿਆ, ਪਾਮ ਦੇ ਦਰਖਤ ਤੁਹਾਡੇ ਕੋਲ ਬਹੁਤ ਖੜੇ ਆ ਪਰਲੇ ਪਾਸੇ। ਹਰਮਨ ਵੀਰੇ, ਆਹ ਪਾਮ ਆ ਗਏ? ਹਾਂਜੀ, ਫੋਕਸਟੇਲ ਪਾਮ ਆ ਗਏ ਜੀ। ਇਹ ਕਿੰਨੀਆਂ ਨਸਲਾਂ ਦੇ ਹੁੰਦੇ ਆਪਣੇ ਕੋਲ? ਇਹ ਆਪਣੇ ਲਵੇ ਨਸਲ ਇਹਦੇ ਵਿੱਚ ਘੱਟੋ ਘੱਟ ਹੈਗੀ ਨਹੀਂ, 10-12 ਨਸਲਾਂ ਜਿਹੜੀ ਹਾਈਟ ਕਰਦੇ ਨੇ ਲੰਮੀ ਜੀ। ਜੀ, ਜਿਵੇਂ ਫੋਕਸਟੇਲ ਪਾਮ ਹੋ ਗਿਆ, ਬੋਟਲ ਪਾਮ ਹੋ ਗਿਆ ਜੀ, ਵਾਸ਼ਿੰਗਟੋਨੀਆ ਹੋ ਗਿਆ, ਇੱਦਾਂ ਦੀ ਸਾਰੀਆਂ ਵਰਾਈਟੀਆਂ ਨੇ ਜੀ ਆਪਣੇ ਕੋਲ, ਸਾਰੀਆਂ ਵਰਾਈਟੀਆਂ। ਹਾਂਜੀ ਹਾਂਜੀ। ਤੇ ਆਹ ਵੀ ਡਿਜ਼ਾਈਨ ਜਿਹਦੇ ਵਾਵਾ ਬਣ ਜਾਂਦੇ ਆ ਹਨਾ? ਹਾਂਜੀ, ਫਾਈਕਸ ਆ ਗਿਆ ਜੀ, ਆਈਸਲੈਂਡ ਫਾਈਕਸ। ਫਾਈਕਸ ਆ ਗਿਆ, ਇਹ ਤਾਂ ਯਾਰ ਫਸਦਾ ਭਾਰੀ ਆ। ਇਦੋਂ ਬਾਅਦ ਚਾ ਨਿੰਮਾ ਡੇਕਾਂ ਜੇ ਕਿਸੇ ਨੇ ਲਾਉਣੀਆਂ ਵਾ? ਹਾਂਜੀ, ਇਹ ਵੀ ਮਿਲ ਜਾਣਗੀਆਂ, ਇਹ ਵੀ ਆਮ ਹੀ ਮਿਲ ਜਾਣਗੀਆਂ ਤੁਹਾਨੂੰ। ਨਿੰਮਾ ਡੇਕਾਂ, ਜਾਮਣਾ, ਇਹ ਬਰਮਾ ਡੇਕਾ ਜੀ, ਪੂਰੀ ਨਸਲ ਦੀ ਵਰਾਈਟੀ ਆ ਜੀ ਜੇ ਕਿਸੇ ਨੇ। ਤੇ ਨਿੰਮਾ? ਨਿੰਮਾ ਹੀ ਮਿਲ ਜਾਣਗੀਆਂ ਜੀ। ਹਾਂ, ਇਹ ਡੇਕਾਂ ਹੋ ਗਈਆਂ। ਹਾਂਜੀ, ਉਦੋਂ ਬਾਅਦ ਗਲਮੋਰ ਪਈ ਆ ਤੁਹਾਡੇ ਕੋਲੇ ਪਰਲੇ ਪਾਸੇ ਹਨਾ? ਗਲਮੋਰ ਹੈਗੀ, ਉਦੋਂ ਬਾਅਦ ਮਲੱਠੀ, ਮਲੱਠੀ ਹੈ ਕੀ ਆ? ਤੁਲਸੀ ਹੈ ਜੀ, ਤੁਲਸੀ ਹੈਗੀ ਆ। ਹਾਂਜੀ, ਨਹੀਂ ਆਹ ਮੈਨੂੰ ਤਾਂ ਮਲੱਠੀ ਲੱਗਦੀ ਆ, ਪਰ ਆ ਕੇ ਕੁਛ ਹੋਰ ਆ। ਆਹ ਕਾਹਦਾ ਬੂਟਾ? ਇਹ ਨੀਲਾ ਗਲਮੋਰ ਆ ਜੀ। ਅੱਛਾ, ਆਹ ਰੈੱਡ ਆ ਗਿਆ, ਉਹ ਨੀਲੇ ਰੰਗ ਦਾ ਜਿਹਨੂੰ ਜਕਰੰਡਾ ਗਲਮੋਰ ਹੀ ਕਹਿੰਦੇ ਨੇ। ਅੱਛਾ ਅੱਛਾ, ਆਹ ਵੀ ਗਲਮੋਰ ਦੀ ਨਸਲ ਆ? ਹਾਂਜੀ ਹਾਂਜੀ, ਤੇ ਉਹ ਵੀ ਗਲਮੋਰ ਹੀ ਆ? ਹਾਂਜੀ ਹਾਂਜੀ, ਠੀਕ ਆ ਠੀਕ ਆ। ਗਲਮੋਰ ਦੇ ਫੁੱਲ ਦਰਸ਼ਕ ਪੂਰੇ ਕਮਾਲ ਦੇ, ਤੁਲਸੀ ਦੀਆਂ ਵੀ ਵਰਾਇਟੀਆਂ ਪਈਆਂ। ਆਹ ਹੋ ਗਿਆ ਅਸ਼ੋਕੇ, ਅਸ਼ੋਕਾ ਹੋ ਗਿਆ, ਪਪੂਲਰ ਵੀ ਵੇਚਦੇ ਹੋ? ਹਾਂਜੀ ਹਾਂ, ਪਪੂਲਰ ਜਨਵਰੀ ਦੇ ਵਿੱਚ, ਉਹ ਜਨਵਰੀ 'ਚ ਹੋਊਗਾ ਨਾ, ਉਹ ਖੇਤੀਬਾੜੀ ਦੇ ਹਿਸਾਬ ਨਾਲ ਅਗਲਾ ਦੇਖ ਸਕਦਾ ਵਾ। ਹਾਂਜੀ ਹਾਂਜੀ, ਇਦੋਂ ਵਿੱਚ ਇਹਨਾਂ ਕੋਲ ਪਾਮ ਦੇ ਉੱਧਰ ਵੀ ਦਰਖਤ ਖੜੇ ਆ, ਤੇ ਕਾਫੀ ਵਰਾਇਟੀ ਆ। ਤੇ ਹਰਮਨ ਵੀਰੇ, ਇਹਦਾ ਰੇਟ ਕੀ ਹੋਊਗਾ ਜੀ? 6 ਫੁੱਟ ਦਾ ਲੱਗਦਾ ਮੈਨੂੰ, 220 ਰੁਪਏ ਦਾ ਪਲਾਂਟ ਆ ਜੀ। ਕਿਹਨੇ ਦਾ? 220 ਦਾ ਜੀ, ਸਾਰਾ ਹੀ 220 ਦਾ। ਹਾਂਜੀ ਹਾਂਜੀ, ਦਰਸ਼ਕੋ ਦੇਖੋ ਲੈ, ਤੇ ਇਹ ਮੈਂ ਕਹਿੰਦਾ ਹੋ ਹੀ ਜਾਂਦਾ ਹੈ ਨਾ, ਲਗਭਗ ਇਹ ਖਰਾਬ ਨਹੀਂ ਹੁੰਦਾ। ਪਾਣੀ ਜ਼ਿਆਦਾ ਚਾਹੀਦਾ ਜੀ, ਪਾਣੀ ਜ਼ਿਆਦਾ ਚਾਹੀਦਾ। ਹਾਂਜੀ ਹਾਂਜੀ, ਤੇ ਪਰ ਹੋ ਜਾਂਦਾ 220 ਰੁਪਈਆਂ ਦਾ ਯਾਰ, ਕੀ ਮਾੜਾ? ਹਾਂਜੀ, ਜੇ ਤੁਹਾਡੀ ਪਈ ਜਾਂਦੀ ਉਹਦੇ ਤੇ ਲਾ ਦਿਓ 7-7 ਕਰਕੇ, ਇਧਰਲੇ ਪਾਸ ਨੂੰ 7, ਇਧਰ 7, ਇਧਰ 14 ਬੂਟੇ, ਤੇ ਐਂ ਤੇ ਫੀਲਿੰਗ ਤਕੜੀ ਆਉਣੀ ਆ ਤੁਹਾਨੂੰ। ਉਹ ਪਰੇ ਵੀ ਬੂਟੇ ਕਾਫੀ ਕਮਾਲ ਦੇ ਆ। ਇਹ ਜਿਹੜਾ ਇਦੋਂ ਵੱਡਾ ਸਾਈਜ਼ ਹੋਇਆ, ਇਦੋਂ ਵੱਡਾ 8 ਫੁੱਟ ਦਾ ਜੀ, ਤੁਹਾਨੂੰ ਮਿਲ ਜੂਗਾ ਤਕਰੀਬਨ 550 ਦਾ ਪਲਾਂਟ ਜੀ। ਹਾਂ, ਉਸ ਹਿਸਾਬ ਦੇ ਆਕਾਰ ਦੇ ਹਿਸਾਬ ਨਾਲ ਹੈ ਨਾ, ਪਾਲਣ ਪੋਸ਼ਣ ਨੂੰ ਸਮਾਂ ਬਹੁਤ ਲੱਗਦਾ ਜੀ। 11-12 ਫੁੱਟ ਦਾ ਤੁਹਾਨੂੰ 800 ਦਾ ਮਿਲ ਜਾਣਾ ਜੀ। ਜੀ, ਉਸ ਤੋਂ ਵੱਡਾ ਲਈ ਜਾਓਗੇ ਫਿਰ ਰੇਟ, ਮਤਲਬ ਰੇਟ ਵਧੀ ਜਾਊਗਾ। ਬਿਲਕੁਲ ਦਰਸ਼ਕੋ, ਮਲੇਸ਼ੀਅਨ ਟ੍ਰੀ ਆ ਇਹ, ਬਹੁਤ ਡੈਕੋਰੇਸ਼ਨ ਵਜੋਂ ਬਾਈ ਜੀ ਚਾਹੀਦਾ। ਹਾਂਜੀ ਹਾਂਜੀ, ਠੀਕ ਆ ਇਹ। ਹਾਂਜੀ, ਬਹੁਤ ਸੋਹਣਾ ਪਲਾਂਟ ਹੈ, ਬਹੁਤ ਜਲਦੀ ਗਰੋਥ ਹੁੰਦੀ ਹੈ ਇਹਦੀ ਜੀ। ਨਾਮ ਟਰਮੀ ਨੇਲੀਆ ਜੀ। ਟਰਮੀ ਨੇਲੀਆ ਜੀ, ਟਰਮੀ ਨੇਲੀਆ। ਹਾਂਜੀ, ਨਾ ਇਹਦਾ ਤੇ ਬਹੁਤ ਛੇਤੀ
ਇੱਕ ਦਿਨ ਚ 1 ਇੰਚ ਵੱਧਦਾ ਜਦੋਂ ਦੀ ਗਰੋਥ ਤੇ ਪਰ ਆਹ ਕਿਹੜੀ ਨਸਲ ਆ ਇਹ ਵਾਸ਼ਿੰਗਟੋਨੀ ਆ ਗਿਆ ਜੀ ਵਾਸ਼ਿੰਗਟੋਨੀ ਪਾਮ ਕਹਿੰਦੇ ਨੇ ਇਹਨੂੰ ਇਹ ਤਾਂ ਇਹ ਕੱਦ ਘੱਟ ਕਰਦਾ ਲੱਗਦਾ ਨਹੀਂ ਇਹ ਤਕਰੀਬਨ 25-30 ਫੁੱਟ ਦੇ ਹੁੰਦੇ ਨੇ ਜੀ ਅੱਛਾ ਹਾਂਜੀ ਤੇ ਵਿੱਚ ਇਹ ਖਜੂਰਾਂ ਲਾਈਆਂ ਹਾਂ ਵਿੱਚ ਇਹ ਖਜੂਰ ਲਾਈ ਸੀ ਜੀ ਆਪਣੀ ਆਪਣੀ ਬਾਉਂਡਰੀ ਸੀ ਜੀ ਪਹਿਲਾਂ ਬਹਾਣ ਆਪਾਂ ਹੁਣ ਲਿਆ ਜੀ 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 ਪਹਿਲਾਂ ਬਾਉਂਡਰੀ ਲਾਈ ਹੋਈ ਸੀ ਕਾਫੀ ਲੜੀ ਚ ਲਾਇਆ ਹੋਇਆ ਹਾਂਜੀ ਹਾਂਜੀ ਇਹ ਤੁਸੀਂ ਬਾਉਂਡਰੀ ਵਾਸਤੇ ਵਰਤ ਸਕਦੇ ਹੋ ਆਹ ਦੇਖੋ ਜੀ ਮਗਰਮੱਛ ਵਾਂਗੂ ਪਿੰਡ ਨੇ ਜੀ ਤੇ ਹਾਂ ਇਹ ਨਹੀਂ ਆ ਵੀ ਕੋਈ ਕੰਧ ਟੱਪ ਕੇ ਖਰਬੂਜੇ ਪੱਟ ਲੂ ਹਾਂ ਹਾਂਜੀ ਹਾਂ ਮਤਲਬ ਇਹਦੇ ਮਾੜਾ ਦੇ ਟੱਕ ਲਾ ਕੇ ਹੱਥ ਵੱਢ ਦਿੰਦਾ ਸਾਰਾ ਵੱਢ ਦਿੰਦਾ ਤੇ ਸਾਰੀ ਲੈਂਡ ਦੇ ਵਿੱਚ ਇਹਨਾਂ ਦੇ ਲੱਗੇ ਹੋਏ ਆ ਦੂਜੀ ਗੱਲ ਇਹ ਆ ਵੀ ਆਹ ਵੀ ਤੁਸੀਂ ਸਾਰੇ ਤਿਆਰ ਕਰਦੇ ਹੋ ਹਨਾ ਵੱਡੇ ਬੁੱਟੇ ਇਹ ਕੀ ਲਾਇਆ ਹੋਇਆ ਇਹ ਕੋਨੋ ਕਾਰਪਸ ਆ ਜੀ ਕੋਨੋ ਕਾਰਪਸ ਸਾਰੀਆਂ ਵੈਰਾਈਟੀਆਂ ਨੇ ਅਲੱਗ ਅਲੱਗ ਜੀ ਆਪਾਂ ਜਿਉਂ ਜਿਉਂ ਆਪਾਂ ਜ਼ਿਆਦਾਤਰ ਛੋਟਾ ਬੂਟਾ ਲੈ ਕੇ ਉਹ ਤਿਆਰ ਕਰਦੇ ਹਾਂ ਆਪਾਂ ਵੱਡਾ ਹੋ ਗਿਆ ਵੱਡਾ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਾਰਾ ਭਰਿਆ ਪਿਆ ਏਰੀਆ ਮੈਂ ਦੇਖ ਲਿਆ ਮੋਟਾ ਸਭ ਇੱਕ ਖਜੂਰਾਂ ਹੁੰਦੀਆਂ ਫਲ ਵਾਲੀਆਂ ਹਾਂਜੀ ਉਹ ਵੀ ਮਿਲ ਜਾਣਗੇ ਸੁਣ ਲਓ ਜੀ ਤੇ ਡੈਕੋਰੇਸ਼ਨ ਵਾਲੀਆਂ ਵੀ ਮਿਲ ਜਾਣਗੀਆਂ ਡੈਕੋਰੇਸ਼ਨ ਵਾਲੀ ਮਿਲ ਜਾਣਗੀਆਂ ਮੁੱਕਲ ਮੜਾ ਕੇ ਸਾਰੀ ਵੈਰਾਈਟੀ ਕੋਈ ਜੇ ਕਿਸੇ ਨੂੰ ਲੱਗੇ ਯਾਰ ਵੀ ਸਾਨੂੰ ਆਹ ਚਾਹੀਦਾ ਤੁਸੀਂ ਮੰਗਾ ਵੀ ਦਿੰਦੇ ਹੋਵੋਗੇ ਹਨਾ ਹਾਂਜੀ ਹਾਂ ਸਾਰਾ ਅਦਰਵਾਈਜ਼ ਤਾਂ ਤੁਹਾਡੇ ਕੋਲ ਏਡੀ ਨਰਸਰੀ 'ਚ ਹੈਗਾ ਹੀ ਆ ਸਾਰਾ ਕੁਝ ਆਹ ਦੇਖੋ ਦਰਸ਼ਕੋ ਆਹ ਵੀ ਬੂਟੇ ਬਹੁਤ ਸੋਹਣੇ ਲੈ ਕੰਧ ਦਾ ਕੰਮ ਕਰਦੇ ਆ ਇਹ ਹਨਾ ਹਾਂਜੀ ਹਾਂਜੀ ਬਿਲਕੁਲ ਇਹ ਪਿੰਡ ਪੁੰਡ 'ਚ ਲਾਏ ਹੋਣ ਤਾਂ ਬਹੁਤ ਸਵਾਦ ਵਾਲਾ ਕੰਮ ਹੋ ਜੇ ਹਾਂਜੀ ਹਾਂ ਨਾ ਕੋਈ ਇਹਨਾਂ ਨੇ ਫਸਲ ਨਹੀਂ ਖਰਾਬ ਕਰਨੀ ਕੋਈ ਫਸਲ ਨਹੀਂ ਖਰਾਬ ਕਰਨੀ ਸਹੀ ਗੱਲ ਆ ਇਧਰੋਂ ਪਾਸੇ ਵੈਰਾਈਟੀ ਬਹੁਤ ਜ਼ਿਆਦਾ ਆ ਦਰਸ਼ਕੋ ਤੁਸੀਂ ਆਹ ਰੇਟ ਕੀ ਆ ਵੀਰ ਜੀ ਇਹਨਾਂ ਦਾ ਜਿਵੇਂ ਆਹ ਸਾਈਜ਼ ਆ ਵੀਰੇ ਜੀ ਤੁਹਾਨੂੰ ਮਿਲ ਜੂਗਾ 1000 ਰੁਪਏ ਦਾ ਪਲਾਂਟ ਜੀ ਆਹ 1000 ਰੁਪਏ ਦਾ ਹਾਂਜੀ ਹਾਂਜੀ ਇੰਨਾ ਮੋਟਾ ਥੱਲੋਂ ਜੀ ਹੋਊਗਾ ਘਟ ਘਟ ਆਹ ਦਰਸ਼ਕੋ ਲਾ ਲਓ ਸਭ ਵੀ 1000 ਰੁਪਏ ਦਾ ਬੂਟਾ ਮਿਲ ਜਾਣਾ ਆਹ ਤੇ ਇਹ ਜਾਵਾ ਦੇਖੋ ਲੈ ਕਿੱਡਾ ਸੋਹਣਾ ਘੈਂਟ ਤਾਂ 1000 ਰੁਪਇਆ ਕੀ ਚੀਜ਼ ਹੈ ਏਡੇ ਰੁੱਖ ਮੂਹਰੇ ਰੁੱਖ ਤਾਂ ਹਮੇਸ਼ਾ ਹੀ ਕੀਮਤੀ ਆ ਤੇ 1000 ਰੁਪਈਏ ਦਾ ਮਿਲ ਜਾਣਾ ਜੇ ਬਾਲਾ ਵੱਡਾ ਥੋੜਾ ਜਿਹਾ ਉਹ ਜਿਹਾ ਰੇਟ ਥੋੜਾ ਜਿਹਾ 2-400 ਵੱਧ ਹੋਊਗਾ ਤੇ ਬਾਈ ਜੀ ਆਹ ਇਹ ਕੰਗੀ ਪਾਮ ਆ ਜੀ ਜੀ ਇਹ ਵੀ ਪਾਮ ਦੀ ਵਰਾਇਟੀ ਆ ਜੀ ਇਹ ਪਾਮ ਦੀ ਵਰਾਇਟੀ ਹੋ ਗਈ ਤੇ ਲੈਂਡਸਕੇਪਿੰਗ ਕਰ ਦਿੰਦੇ ਹੋ ਹਾਂਜੀ ਹਾਂ ਵੀਰੇ ਸਾਰੇ ਉਹ ਪਲਾਂਟ ਜਿਹੜੇ ਜਿੰਨੇ ਵੀ ਵੱਡੇ ਪਲਾਂਟ ਨੇ ਸਾਰੇ ਲੈਂਡਸਕੇਪਿੰਗ ਹੀ ਲੱਗਦੇ ਨੇ ਅਬ ਢਾਲਾਂ ਢੁਲਾਈਆਂ ਬਣਾਉਣੀਆਂ ਕਰਨੀਆਂ ਸਾਰੇ ਮਸਲੇ ਹੱਲ ਕਰ ਦਿੰਦੇ ਹੋ ਹਾਂਜੀ ਹਾਂਜੀ ਤੇ ਇੱਕ ਪ੍ਰੋਪਰ ਬੰਦਾ ਭੇਜ ਦਿੰਦੇ ਹੋਵੋਗੇ ਹਾਂਜੀ ਹਾਂ ਵੀਰੇ ਆਪ ਹੀ ਚਾਹੀਦਾਗਾ ਆਪ ਹੀ ਜਾ ਕੇ ਸਾਰਾ ਮਤਲਬ ਡਰਾਈਂਗ ਵਗੈਰਾ ਜਿੱਦਾਂ ਵੀ ਹੋਊਗਾ ਠੀਕ ਆ ਤੇ ਇਹ ਚੰਗਾ ਰਿਸਪੌਂਸ ਆਉ ਹਾਂਜੀ ਹਾਂ ਬਹੁਤ ਸੋਹਣਾ ਵੀਰੇ ਠੀਕ ਆ ਦਰਸ਼ਕੋ ਆ ਸਕਦੇ ਹੋ ਤੁਸੀਂ ਵੀ ਇੱਥੋਂ ਤੁਹਾਨੂੰ ਮੈਂ ਦੱਸਦੇ ਜੇ ਮੋਗੇ ਬੱਧਣੀ ਵਾਲੇ ਪਾਸਿਓਂ ਆਵੋਗੇ ਤਾਂ ਬਰਨਾਲੇ ਆਉਣ ਸਾਰ ਪੌਲ ਨਹੀਂ ਚੜ੍ਹਨਾ ਉਦੋਂ ਉਰੇ ਹੀ ਬੋਰਡ ਦੱਸ ਜਾਣਗੇ ਲੋਕੇਸ਼ਨ ਮੰਗਾ ਲੈਣੀ ਹੈ ਨੰਬਰ ਭੇਜ ਦਿਓ ਆ ਟਰਾਲੀ ਤੇ ਚੱਲਿਆ ਕਿਸੇ ਪਾਸੇ ਬੂਟੇ ਲਾਉਣ ਹਾਂਜੀ ਹਾਂਜੀ ਵੀਰੇ ਤੇ ਉਹ ਆ ਸਕਦੇ ਜੇ ਸੰਗਰੂਰ ਵਾਲੇ ਤੇ ਸੰਗਰੂਰ ਪੈ ਗਿਆ ਹਨਾ ਹਾਂਜੀ ਵੀਰੇ ਤੇ ਉਧਰੋਂ ਆਓਗੇ ਤਾਂ ਪੌਲ ਉੱਤਰ ਕੇ ਇਧਰਲੇ ਪਾਸੇ ਆ ਜਾਣਾ ਵਾ ਜੇਲ ਜੇਲ ਆਪਣੀ ਜੇਲ ਹਾਂਜੀ ਹਾਂ ਬਰਨਾਲਾ ਜੇਲ ਨਹੀਂ ਨੇੜੇ ਜੇਲ ਆ ਗਈ ਆਪਣੇ ਹਾਂਜੀ ਹਾਂ ਤੇ ਉੱਥੇ ਤੁਸੀਂ ਆ ਸਕਦੇ ਹੋ ਉੱਥੇ ਨਹੀਂ ਇੱਥੇ ਆਉਣਾ ਵਾ ਤੇ ਆ ਸਾਰੇ ਬੂਟੇ ਲੱਗੇ ਆ ਜਦੋਂ ਮਰਜ਼ੀ ਆ ਜਿਓ ਤਾਂ ਤੁਹਾਨੂੰ ਛੁੱਟੀ ਛੱਟੇ ਤਾਂ ਨਹੀਂ ਕੋਈ ਹੁੰਦੀ ਨਹੀਂ ਨਹੀਂ ਵੀਰੇ ਕੋਈ ਨਾ ਕੋਈ ਹੁੰਦਾ ਹੀ ਹੋਊ ਬੰਦਾ ਇੱਥੇ ਹਨਾ ਤੇ ਆ ਵੈਰਾਈਟੀ ਯਾਰ ਬੜੀ ਚੰਗੀ ਲੱਗੀ ਆਹ ਭਰਾ ਕਿਹੜੇ ਫੁੱਲ ਆ ਹਾਂਜੀ ਇਹ ਨਿਕੋਡੀਬੀਆ ਪਲਾਂਟ ਆ ਜੀ ਆ ਯਾਰ ਬੜੇ ਸੋਹਣੇ ਫੁੱਲ ਲੱਗੀ ਜਾਂਦੇ ਆ ਮੈਨੂੰ ਹਾਂਜੀ ਅੱਛਾ ਕਿਹੜੀ ਕੀ ਨਾਂ ਇਹਨਾਂ ਦਾ ਨਿਕੋਡੀਬੀਆ ਇਹ ਗਮਲੇ 'ਚ ਲੱਗ ਜਾਂਦੇ ਆ ਹਾਂ ਗਮਲੇ 'ਚ ਵੀ ਲੱਗ ਜਾਂਦਾ ਜੀ ਜ਼ਮੀਨ 'ਚ ਵੀ ਲੱਗ ਜਾਂਦਾ ਜੀ ਜੀ ਸਦਾਬਹਾਰ ਆ ਇਹ ਸਦਾਬਹਾਰ ਆ ਜੀ ਐਵਰਗ੍ਰੀਨ ਜੀ ਐਵਰਗ੍ਰੀਨ ਬਹੁਤ ਸੋਹਣਾ ਬੂਟਾ ਦਰਸ਼ਕ ਕਿੰਨੇ ਕੁ ਦਾ ਉਪਰਾ ਇਹ ਹੈਗਾ 200 ਦਾ ਪਲਾਂਟ ਆ ਜੀ 200 ਦਾ ਪਲਾਂਟ ਆ ਦਰਸ਼ਕ ਇਹ ਜੀਆਂ ਚੀਜ਼ਾਂ ਮਿਲ ਜਾਣਗੀਆਂ ਬ੍ਰੇ ਹਰਮਨ ਧੰਨਵਾਦ ਤੁਹਾਡਾ ਤੁਸੀਂ ਸਮਝਦੇ ਤਾਂ ਮਿਹਰਬਾਨੀ ਧੰਨਵਾਦ